ਇੱਕ ਬਹੁਤ ਹੀ ਇਮਾਨਦਾਰ ਅਤੇ ਸੱਚੀ ਸੁੱਚੀ ਸ਼ਖਸੀਅਤ ਦੇ ਮਾਲਕ ਸਨ ਡਾਕਟਰ ਪਰਸ਼ੋਤਮ ਲਾਲ ਸ਼ਰਮਾ ਜੀ। ਡਾਕਟਰ ਪਰਸ਼ੋਤਮ ਲਾਲ ਸ਼ਰਮਾ ਜੀ ਨੇ ਆਪਣਾ ਸਮੁੱਚਾ ਜੀਵਨ ਸੱਚਾਈ 'ਤੇ ਚੱਲਦਿਆਂ ਬਿਤਾਇਆ। ਆਪ ਜੀ ਬਹੁਤ ਹੀ ਚੰਗੇ ਸੰਸਕਾਰ ਅਤੇ ਸਹਿਣਸ਼ੀਲਤਾ ਵਰਤੀ ਵਾਲੇ ਇਨਸਾਨ ਸਨ। ਗੁਰੂ ਘਰ ਪ੍ਰਤੀ ਸੱਚੀ ਸ਼ਰਧਾਵਾਨ ਸਨ ਅਤੇ ਹਰ ਇੱਕ ਗਰੀਬ ਦੀਨ ਦੁਖੀ ਦੀ ਮਦਦ ਕਰਨਾ ਆਪ ਜੀ ਦਾ ਸੁਭਾਅ ਸੀ। ਆਪ ਜੀ ਦੇ ਕਿਰਤ ਅਤੇ ਚੰਗੇ ਸੰਸਕਾਰਾਂ ਦਾ ਲਾਇਆ ਬੂਟਾ ਮੌਜੂਦਾ ਸਮੇਂ ਵਿੱਚ ਵੀ ਆਪ ਜੀ ਦੇ ਪਰਿਵਾਰ ਵਿੱਚ ਪ੍ਰਫੁੱਲਿਤ ਹੋ ਰਿਹਾ ਹੈ। ਬੀਤੇ ਦਿਨੀ ਡਾਕਟਰ ਪਰਸ਼ੋਤਮ ਲਾਲ ਸ਼ਰਮਾ ਜੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਪੰਜਾਂ ਤੱਤਾਂ ਵਿੱਚ ਲੀਨ ਹੋ ਗਏ। ਇਹਨਾਂ ਦੇ ਪਰਿਵਾਰ ਵੱਲੋਂ ਇਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਗਰੁੜ ਪ੍ਰਾਣ ਪਾਠ ਜੀ ਦੇ ਭੋਗ ਡੇਰਾ ਬਾਬਾ ਬਾਠਾਂ ਵਾਲਾ ਮੱਖੂ ਫਿਰੋਜ਼ਪੁਰ ਵਿਖੇ ਪਾਏ ਗਏ। ਡਾਕਟਰ ਪਰਸ਼ੋਤਮ ਲਾਲ ਸ਼ਰਮਾ ਜੀ ਆਪਣੇ ਪਿੱਛੇ ਆਪਣੇ ਪਰਿਵਾਰ ਵਿੱਚ ਸ਼੍ਰੀਮਤੀ ਪ੍ਰੇਮ ਰਾਣੀ ਸ਼ਰਮਾ ਪਤਨੀ, ਦੇਵ ਕੁਮਾਰ ਸ਼ਰਮਾ ਨੰਦਨੀ, ਨੂੰਹ ਪੁੱਤ, ਕਾਰਜਕਾਰਨੀ ਮੈਂਬਰ ਭਾਜਪਾ ਪੰਜਾਬ ਡਾਕਟਰ ਗੋਵਿੰਦ ਸ਼ਰਮਾ, ਰਾਗਨੀ ਪੁੱਤਰ ਨੂੰ ਮੰਜੂਵਾਲਾ ਸੰਜੀਵ ਕੁਮਾਰ ਧੀ ਜਵਾਈ ਦੇਵ ਬਾਲਾ, ਪਵਨ ਕੁਮਾਰ ਧੀ ਜਵਾਈ ਮਨਜੀਤ ਸਿੰਘ ਰਾਏ ਮੈਂਬਰ ਘੱਟ ਗਿਣਤੀ ਭਾਰਤ ਸਰਕਾਰ, ਗੁਰਬਚਨ ਸਿੰਘ ਚਮਕੇ ਮੀਤ ਪ੍ਰਧਾਨ ਭਾਜਪਾ ਜ਼ਿਲ੍ਹਾ ਫਿਰੋਜ਼ਪੁਰ, ਦਰਸ਼ਨ ਸਿੰਘ ਸਚਦੇਵਾ ਪ੍ਰਧਾਨ ਭਾਜਪਾ ਮੰਡਲ ਮਖੂ, ਵਿੱਕੀ ਸੂਦ ਪ੍ਰਧਾਨ ਮੰਡਲ ਜ਼ੀਰਾ, ਜਸਪਾਲ ਸਿੰਘ ਪ੍ਰਧਾਨ ਮੰਡਲ ਮੁੱਲਾਵਾਲਾ, ਰਾਜਵੀਰ ਅਹੂਜਾ ਸਕੱਤਰ ਭਾਜਪਾ, ਬਲਵੀਰ ਸਿੰਘ ਸਰਪੰਚ ਪ੍ਰਧਾਨ ਕਿਸਾਨ ਮੋਰਚਾ, ਕੁਲਦੀਪ ਠੁਕਰਾਲ ਵਿੱਕੀ ਪੈਟਰੋਲ ਪੰਪ ਵਾਲੇ ਕੇਵਲ ਅਹੂਜਾ ਅਤੇ ਸਮੂਹ ਪਰਿਵਾਰ ਨੂੰ ਸਦੀਵੀਂ ਵਿਛੋੜਾ ਦੇ ਗਏ। ਇਹਨਾਂ ਦੇ ਪਰਿਵਾਰ ਵੱਲੋਂ ਦੁੱਖ ਵਿੱਚ ਇਕੱਤਰ ਹੋਈ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਗੁਰੂ ਵਿਸ਼ਨੂੰ ਗੁਰੂ ਦੇਵੋ ਮਹੇਸ਼ਵਰਾ
ਗੁਰੂ ਸਾਕਸ਼ਾਤ ਪਰਮ ਬ੍ਰਹਮ ਤਸਮੈ ਸ੍ਰੀ ਗੁਰਵੇ ਨਮਃ ਤਸਮੈ ਸ੍ਰੀ ਗੁਰਵੇ ਨਮਃ ਆਜ ਹਮ ਔਰ ਆਪ ਇਸ ਪਵਿੱਤਰ ਸਥਾਨ ਮੇ ਇੱਕ ਐਸੇ ਵਿਅਕਤੀ ਕੇ ਵਿਅਕਤਿਤਵ ਪਰ ਸ਼ਰਧਾ ਸੁਮਨ ਸ਼ਰਧਾਂਜਲੀ ਸਮਾਰੋਹ ਮੇਂ ਇਕੱਤ੍ਰਿਤ ਹੋਏ ਹੈ। ਐਸੇ ਦਿਵਯ ਮਹਾਪੁਰਸ਼ ਹਮਾਰੇ ਬੀਚ ਮੇਂ ਸੰਤ ਮਹਾਪੁਰਸ਼ ਸ਼੍ਰੀ ਵਯੋਵ੍ਰਧ ਗੋਪਾਲ ਦਾਸ ਜੀ ਮਹਾਰਾਜ ਜੀ ਜੋ ਕੈਰੋ ਸੇ ਜੋੜਾ ਸੀ ਹਮ ਰਾਏ ਹੈ, ਸ਼੍ਰੀ ਪੂਜ੍ਯ ਕੌਸਲੇਂਦਰ ਮਹਾਰਾਜ ਜੀ ਜੋ ਅਭੀ ਅਭੀ ਹਮਾਰੇ ਬੀਚ ਮੇਂ ਆਏ ਹੈ ਸ਼ਰਧਾਂਜਲੀ ਸਮਾਰੋਹ ਮੇਂ, ਔਰ ਹਮਾਰੇ ਛੋਟੇ ਭਰਾਤਾ ਸਵਾਮੀ ਕੇਸਵਾਨੰਦ ਜੀ ਮਹਾਰਾਜ ਔਰ ਮੰਚ ਪਰ ਵਿਰਾਜਮਾਨ ਸਭੀ ਵਿਪਰਵਰ ਔਰ ਸੋਗ ਸੰਤਪਤ ਪਰਿਵਾਰ ਭਾਈਓ ਬਹਿਨੋ ਮਾਤੋ ਪੰਡਿਤ ਸ਼੍ਰੀ ਪੁਰਸ਼ੋਤਮ ਲਾਲ ਸ਼ਰਮਾ ਜੀ ਜੋ ਕਿ ਅੱਜ ਹਮਾਰੇ ਬੀਚ ਮੇਂ ਉਪਸਥਿਤ ਨਹੀਂ ਹੈ, ਮੌਜੂਦਗੀ ਨਹੀਂ ਹੈ ਉਨਕੀ, ਜੋ ਇਸ ਡਾਕਟਰ ਪੁਰਸ਼ੋਤਮ ਲਾਲ ਜੀ ਦੀ ਸ਼ਰਮਾ ਜੀ ਦੇ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਈ ਹੈ ਸਮੁੱਚੀ ਸ਼ਾਸਕ ਜੀ, ਖਾਸ ਕਰਕੇ ਦੇਵ ਸ਼ਰਮਾ ਜੀ, ਡਾਕਟਰ ਸਾਹਿਬ ਦੇ ਸਪੁੱਤਰ ਗੋਵਰਧਨ ਸ਼ਰਮਾ ਜੀ, ਡਾਕਟਰ ਸਾਹਿਬ ਦੇ ਛੋਟੇ ਸਪੁੱਤਰ, ਇਹਨਾਂ ਦੇ ਨਾਲ ਜੁੜੇ ਹੋਏ ਲੋਕ, ਇਹਨਾਂ ਦੀ ਸਿਆਸੀ ਧਾਰਨਾ ਦੇ ਨਾਲ ਜੁੜੇ ਹੋਏ ਲੋਕ, ਇਹਨਾਂ ਦੀ ਸਮਾਜਿਕ ਜਥੇਬੰਦੀਆਂ ਦੇ ਨਾਲ ਜੁੜੇ ਹੋਏ ਲੋਕ ਬਹੁਤ ਸਾਰੇ ਨੇ। ਸ਼੍ਰੀ ਪੁਰਸ਼ੋਤਮ ਲਾਲ ਸ਼ਰਮਾ ਜੀ ਦਾ ਜਿਹੜਾ ਉਹਨਾਂ ਦਾ ਕੰਮ ਦਾ ਢੰਗ ਸੀ ਉਹ ਪੂਰੇ ਦਾ ਪੂਰਾ ਜਿਹੜਾ ਜਿਸ ਤਰ੍ਹਾਂ ਉਹਨਾਂ ਨੇ ਧਾਰਮਿਕ ਪ੍ਰਵਿਰਤੀ ਦੇ ਵਿੱਚ ਰਹਿੰਦਿਆਂ ਹੋਇਆਂ ਇਸ ਇਲਾਕੇ ਦੀ ਸੇਵਾ ਕੀਤੀ, ਉਸੇ ਤਰ੍ਹਾਂ ਹੀ ਸਾਡੇ ਦੇਵ ਜੀ ਇਸ ਵੇਲੇ ਉਹ ਇੱਕ ਕਦਮ ਅੱਗੇ ਵਧੇ, ਕਿਉਂਕਿ ਸਾਡੇ ਪੂਜਯੋਗ ਪਿਤਾ ਜੀ ਪੁਰਸ਼ੋਤਮ ਲਾਲ ਸ਼ਰਮਾ ਜੀ ਕੇਵਲ ਸਮਾਜਿਕ ਔਰ ਧਾਰਮਿਕ ਪ੍ਰਵਿਰਤੀਆਂ ਦੇ ਵਿੱਚ ਸ਼ਾਮਲ ਰਹੇ, ਦੇਵ ਜੀ ਉਸ ਤੋਂ ਅੱਗੇ ਇਹ ਦੋਵੇਂ ਕਦਮ ਪੜਦੇ ਹੋਏ ਤੀਸਰਾ ਕਦਮ ਉਹਨਾਂ ਨੇ ਰਾਜਨੀਤਿਕ ਦੇ ਵਿੱਚ ਸਾਡੇ ਨਾਲ ਭਾਰਤੀ ਜਨਤਾ ਪਾਰਟੀ ਦੇ ਵਿੱਚ ਬਹੁਤ ਲੰਬੇ ਸਮੇਂ ਤੋਂ ਕੰਮ ਕਰ ਰਹੇ ਨੇ। ਮੇਰੇ ਮਾਨ ਸਾਹਿਬ ਜੀ, ਮੇਰੇ ਸਰ ਸਹੁਰਾ ਸਾਹਿਬ ਜਿਹੜੇ ਸੀਗੇ ਉਹਨਾਂ ਡੈਥ ਹੋਈ ਸੀ ਅਤੇ ਮੇਰੇ ਨਾਲ ਮਰਦਵਰ ਵੀ ਗਏ, ਔਰ ਇਸ ਤਰੀਕੇ ਨਾਲ ਵੀ ਉਹਨੂੰ ਗਾਈਡ ਕੀਤਾ ਵੀ ਮਤਲਬ ਬਹੁਤ ਵਧੀਆ ਤਰੀਕੇ ਨਾਲ ਮੇਰੇ ਨਾਲ ਸਮਝਾਇਆ, ਔਰ ਉਹ ਮੇਰੇ ਨਾਲ ਸਾਰੇ ਸੰਸਕਾਰ ਸਾਰੇ ਉਹਨਾਂ ਦੇ ਜੋ ਸੀਗੇ ਉਹਨਾਂ ਦੇ ਸੰਸਕਾਰ ਕਰਾਏ ਉਹਨੇ ਪੂਰੇ ਪੂਰੇ। ਤੋ ਮੈਂ ਉਹਨਾਂ ਦੀ ਵਿਸ਼ਵੀ ਆਤਮਾ ਨੂੰ ਪਰਮਾਤਮਾ ਵਿੱਚ ਆਪਣੇ ਚਰਨਾਂ ਵਿੱਚ ਸਥਾਨ ਦੇਵੇ ਅਤੇ ਆਪਣੇ ਭੈਣਾਂ ਭਰਾਵਾਂ ਅਤੇ ਆਪਣੇ ਪਰਿਵਾਰ ਨੂੰ ਪਾਣਾ ਮੰਨਣ ਦਾ ਵਰ ਬਖਸ਼ੇ। ਉਹਨਾਂ ਦੇ ਸੰਬੰਧ ਵਿੱਚ ਬਹੁਤ ਕੁਛ ਕਿਹਾ ਗਿਆ, ਕਿਉਂਕਿ ਮੈਂ ਬਹੁਤ ਹੀ
ਨਜ਼ਦੀਕੀ ਪਿਤਾ ਸਮਾਨ ਹੀ ਉਹਨਾਂ ਹਮੇਸ਼ਾ ਪਿਆਰ ਦਿੰਦਾ ਹੈ ਅਤੇ ਉਹਨਾਂ ਦੇ ਪਿਤਾ ਆਦਮੀ ਹੈ ਪੰਡਿਤ ਮੋਹਨ ਲਾਲ ਜੀ ਬਹੁਤ ਹੀ ਸ਼ਹਿਰ ਦੇ ਵਿੱਚ ਉਹਨਾਂ ਦੀ ਮਾਨਤਾ ਕਹਿ ਲਓ ਸਤਿਕਾਰ ਕਹਿ ਲਓ ਕਿਉਂਕਿ ਬਹੁਤ ਹੀ ਵਿਦਵਾਨ ਸਨ ਅਤੇ ਸਾਨੂੰ ਹਮੇਸ਼ਾ ਸ਼ਹਿਰ ਨੂੰ ਇਲਾਕੇ ਨੂੰ ਸੇਧ ਦਿੰਦੇ ਰਹੇ ਹੈ ਜਿਹੜੇ ਕਿ ਅਚਾਨਕ ਹੀ ਮੈਂ ਸਮਝਦਾ ਕਿ ਅਜੇ ਉਹਨਾਂ ਦਾ ਜਾਣ ਦਾ ਸਮਾਂ ਨਹੀਂ ਸੀ ਉਸ ਦੁਨੀਆਂ ਤੋਂ ਚਲੇ ਗਏ ਸਾਧਕ ਚੋਨਾ ਜਾਏਗਾ ਜੋੜ ਜੋੜ ਕਰ ਭਰਾ ਖਜ਼ਾਨਾ ਯਹੀ ਧਰਾ ਰਹਿ ਜਾਏਗਾ ਰਾਮ आइए परमात्मा के शरणों का ध्यान करेंगे। हमारी माताओं को भी विनती है कि अपनी आत्मा को शरीर के द्वारा यात्रा करवाएं, भक्ति की और ले जाने का कार्य करें, शांति के साथ भगवान का स्मरण करें, जाप करें, सुने हरे का ईश्वर के ईश्वर हमारा है। हर का भजन करो गन गए तुम्हारा गीता भजन करो हर का भजन करो गन गए ਹਰੀ ਹੈ ਤੁਮਾਰਾ
ਦੁੱਖ ਸਰੀਰ ਦਾ ਦੁੱਖ ਨਹੀਂ, ਦੁੱਖ ਪਤਾ ਕਿਹਨੂੰ ਕਿਹਾ ਜਾਂਦਾ, ਦੁੱਖ ਕਿਹੜੀ ਗੱਲ ਨੂੰ, ਕਿਉਂਕਿ ਜਿਉਣਾ ਝੂਠ ਹੈ ਮਰਨਾ ਸੱਚ ਹੈ। ਜਦੋਂ ਉਸ ਸੱਚਾਈ ਨੂੰ ਅਸੀਂ ਜਾਣ ਗਏ ਤਾਂ ਦੁੱਖ ਹੌਲੀ 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 ਖਤਮ ਹੋ ਗਏ। ਜਿੰਨਾ ਚਿਰ ਦੁੱਖ ਦੀ ਪਹਿਚਾਣ ਇਨਸਾਨ ਨੂੰ ਨਾ ਹੋ ਜਾਵੇ ਕਿ ਕਾਹਦਾ ਦੁੱਖ ਹੈ। ਉਦਾਹਰਣ ਦਈਏ, ਡਾਕਟਰ ਕਹੇ ਭਾਈ ਤੁਹਾਡੀ ਇੰਨੀ ਉਮਰ ਕੱਢੋ, ਲੇਖਾ ਸਭ ਮੇਰਾ ਤੇ ਮਾਤਾ ਪਿਤਾ ਦੇ ਚਰਨਾਂ ਚ ਅਰਪਣ ਕਰਦੇ ਹਨ। ਕਿਉਂਕਿ ਜਿਸ ਸਭਾ ਤੇ ਆਪਾਂ ਬੈਠੇ ਹਾਂ, ਸੰਤਾਂ ਦੀ ਹਾਜ਼ਰੀ ਚ ਬੈਠੇ ਹਾਂ, ਧਿਆਨ ਦੇਣਾ ਗਿਆਨ ਇੱਥੋਂ ਹੀ ਮਿਲਦਾ ਹੈ। ਕਈ ਵਾਰੀ ਮਨ ਚ ਅਸੀਂ ਸੋਚ ਲੈਂਦੇ ਸ਼ੋਕ ਸਭਾ ਹੈ, ਧਿਆਨ ਦੇਣਾ ਸ਼ੋਕ ਸਭਾ ਨਹੀਂ ਗਿਆਨ ਸਭਾ ਹੈ। ਇੱਥੇ ਆ ਕੇ ਗਿਆਨ ਦਾ ਆਪਾਂ ਨੂੰ ਪ੍ਰਾਪਤੀ ਹੋਏ ਜਿੱਥੇ ਗਿਆਨ ਦੀ, ਉਸਨੂੰ ਗਿਆਨ ਸਭਾ ਹੀ ਕਿਹਾ ਜਾ ਸਕਦਾ ਹੈ। ਔਰ ਧਿਆਨ ਦੇਣਾ ਸ਼ੋਕ ਸਭਾ ਤਾਂ ਕਿਹਾ ਜਾਂਦਾ ਹੈ ਕਿਉਂਕਿ ਇੱਥੇ ਆ ਕੇ ਵਿਅਕਤੀ ਦਾ ਸ਼ੋਕ ਖਤਮ ਹੋ ਜਾਂਦਾ ਹੈ। ਆਪਣੇ ਸ਼ੋਕ ਨੂੰ ਖਤਮ ਕਰਨ ਵਾਸਤੇ ਅਸੀਂ ਇੱਥੇ ਜਾਂਦੇ ਹਾਂ, ਸਾਰਿਆਂ ਨੂੰ ਮੌਤ ਦੀ ਯਾਦ ਆ ਜਾਂਦੀ ਹੈ। ਔਰ ਧਿਆਨ ਦੇਣਾ ਇਹ ਸ਼ਬਦ ਆਪਣੇ ਮੁਖਾਰਬੰਦ ਚੋਂ ਸਾਡੇ ਪਿਤਾ ਸਮਾਨ ਡਾਕਟਰ ਪੁਰਸ਼ੋਤਮ ਲਾਲ ਜੀ ਸ਼ਰਮਾ ਉਹਨਾਂ ਦੇ ਚਰਨਾਂ 'ਚ ਅਰਪਣ ਅਸੀਂ ਕਰ ਰਹੇ ਹਾਂ ਆਪਣੇ ਸ਼ਬਦਾਂ ਦੇ ਫੁੱਲ, ਕਿਉਂਕਿ ਇਹਨਾਂ ਦੇ ਸਪੁੱਤਰ ਗੋਵਰਧਨ ਸ਼ਰਮਾ ਜੀ ਔਰ ਦੇਵ ਸ਼ਰਮਾ ਜੀ ਜੋ ਇਹਨਾਂ ਵਾਸਤੇ ਇਹਨਾਂ ਦੇ ਮਾਂ ਬਾਪ ਨੇ ਕੀਤਾ ਹੈ ਉਹ ਸੰਸਾਰੀ ਲੋਕ ਨਹੀਂ ਕਰ ਸਕਦੇ। ਸੰਸਾਰੀ ਰਿਸ਼ਤੇਦਾਰਾਂ ਨੂੰ ਕਹਿੰਦੇ ਆ, ਉਪਕਾਰੀ ਮਾਤਾ ਪਿਤਾ ਨੂੰ ਕਹਿੰਦੇ ਧਿਆਨ ਦੇਣਾ। ਸੰਸਾਰੀ ਲੋਕਾਂ ਨੂੰ ਕਿਹਾ ਜਾਂਦਾ ਸੰਸਾਰ 'ਚ ਰਹਿਣ ਵਾਲੇ ਸੰਸਾਰੀ, ਔਰ ਸਿਰ ਤੇ ਹੱਥ ਰੱਖਣ ਵਾਲੇ ਉਪਕਾਰੀ ਕਿਹਾ ਜਾਂਦਾ ਹੈ। ਆਓ ਮਾਤਾ ਪਿਤਾ ਦੇ ਚਰਨਾਂ 'ਚ ਇਹ ਭਜਨ ਸਭ ਦੇ ਮਾਤਾ ਪਿਤਾ ਦੇ ਚਰਨਾਂ 'ਚ ਅਰਪਣ ਕਰ ਰਹੇ ਹਾਂ। ਟਾਣੀ ਵਾਲੋਂ ਜਦੋਂ ਫੁੱਲ ਅਲੱਗ ਹੋ ਜਾਂਦਾ ਤਾਂ ਦੁਬਾਰਾ ਨਹੀਂ ਖਿੜ ਸਕਦਾ। ਆਓ ਮਾਤਾ ਪਿਤਾ ਦੇ ਚਰਨਾਂ 'ਚ ਆਪਣੇ ਸ਼ਬਦ, ਟਾਣੀਓਂ ਲੁੱਟੇ ਫੁੱਲ ਦੁਬਾਰਾ, ਟਾਣੀਓਂ ਟੁੱਟੇ
ਕੁਛ ਮਿਲ ਜਾਂਦਾ ਦੁਬਾਰਾ ਮਾਪੇ ਨਹੀਂ ਮਿਲਦੇ ਸਭ ਕੁਛ ਮਿਲ ਜਾਂਦਾ ਦੁਬਾਰਾ ਮਾਪੇ ਨਹੀਂ ਮਿਲਦੇ ਕਹਾਣੀਓ ਟੁੱਟੇ ਫੁੱਲ ਦੁਬਾਰਾ ਕਦੇ ਨਹੀਂ ਖਿੜਦੇ ਕਹਾਣੀਓ ਟੁੱਟੇ ਫੁੱਲ ਦੁਬਾਰਾ ਕਦੇ ਨਹੀਂ ਖਿੜਦੇ ਮਾਂ ਠੰਡੀਆਂ ਸ਼ਾਮ
ਜਿੰਦਗੀ ਦੇ ਵਿੱਚ ਉਹਨੂੰ ਥੋੜ੍ਹੇ ਨਾ ਕੋਈ ਮਾਂ ਬਾਪ ਦੀ
ਉਠਾ ਕੇ ਪੁੱਛਿਆ ਗਿਆ ਵੀ ਤੁਸੀਂ ਸਾਰਾ ਦਿਨ ਆਪਣੀ ਕਮਰ ਦੇ ਨਾਲ ਭਾਰ ਢੋਂਦੇ ਹੋ, ਬੋਰੀਆਂ ਦਾ ਭਾਰ ਢੋਂਦੇ ਹੋ, ਇਹ ਇੰਨੀ ਥਕਾਵਟ, ਅਗਲੇ ਦਿਨ ਫਿਰ ਆ ਕੇ ਫਿਰ ਤੁਸੀਂ ਬੋਰੀਆਂ ਚੁੱਕਦੇ, ਇਸ ਕਮਰ ਨੂੰ ਥਕਾਵਟ ਨਹੀਂ ਹੁੰਦੀ। ਧਿਆਨ ਦੇਣਾ ਉਸ ਪਿਤਾ ਦਾ ਕੀ ਜਵਾਬ ਸੀ, ਕਹਿੰਦੇ ਕਮਰ ਨੂੰ ਥਕਾਵਟ ਤਾਂ ਬਹੁਤ ਹੁੰਦੀ ਹੈ, ਲੇਕਿਨ ਜਦੋਂ ਇਸ ਕਮਰ 'ਤੇ ਮੈਂ ਆਪਣੇ ਬੱਚੇ ਨੂੰ ਝੂਠੇ ਦੇਣਾ ਨਾ, ਇਸ ਕਮਰ 'ਤੇ ਪਾ ਕੇ ਜਦੋਂ ਮੈਂ ਆਪਣੇ ਬੱਚੇ ਨੂੰ ਝੂਠੇ ਦੇਣਾ ਤਾਂ ਇਸ ਕਮਰ ਦੀ ਸਾਰੀ ਥਕਾਵਟ ਦੂਰ ਹੋ ਜਾਂਦੀ ਹੈ। ਔਰ ਮਾਂ ਉਸ ਕਮਰ ਦੀ ਥਕਾਵਟ ਬੱਚੇ ਨੂੰ ਝੂਠੇ ਦੇਣ ਤੋਂ ਬਾਅਦ ਚਲੀ ਜਾਂਦੀ। ਔਰ ਮਾਂ ਦੀ ਗੱਲ ਕਰੀਏ, ਖਰੀਦ ਸਕਦਾ ਲੇਕਿਨ ਚੰਦ ਤਾਰੇ ਨਹੀਂ ਖਰੀਦ ਸਕਦਾ, ਮਾਂ ਬਾਪ ਉਹ ਵੀ ਲੈ ਕੇ ਦੇ ਦਿੰਦੇ, ਕਹਿੰਦੇ ਸੌ ਜਾ ਤੈਨੂੰ ਚੰਦਾ ਮਾਮਾ ਲੈ ਕੇ ਦਿਆਂਗੇ, ਤੈਨੂੰ ਤਾਰੇ ਲੈ ਕੇ ਦੇਵਾਂਗੇ। ਸ਼ੋਕ ਸਭਾ 'ਤੇ ਆਉਂਦੇ ਹਾਂ ਨਾ ਤਾਂ ਅਸੀਂ ਇੱਕੋ ਹੀ ਗੱਲ ਕਹਿੰਦੇ, ਮਹਾਰਾਜ ਆਤਮਾ ਨੂੰ ਸ਼ਾਂਤੀ ਦੇਵੇ, ਕਿਉਂਕਿ ਆਪ ਤਾਂ ਤੂੰ ਛੱਡ ਨਹੀਂ ਸਕਿਆ, ਜੋ ਚੀਜ਼ ਸਾਡੇ ਕੋਲ ਹੈ ਹੀ ਨਹੀਂ ਉਹ ਦੂਸਰੇ ਨੂੰ ਕਿਵੇਂ ਦੇ ਸਕਦੇ। ਇੱਥੇ ਆਉਣ ਦਾ ਫਾਇਦਾ ਤਾਂ ਹੀ ਹੈ ਜੇਕਰ ਸ਼ਾਂਤ ਹੋ ਕੇ ਬੈਠੋ, ਜੇ ਤੁਹਾਡੇ ਕੋਲ ਸ਼ਾਂਤੀ ਹੋਏਗੀ ਤਾਂ ਦੂਸਰੇ ਦੀ ਆਤਮਾ ਨੂੰ ਆਪਾਂ ਸ਼ਾਂਤੀ ਤਾਂ ਹੀ ਪਹੁੰਚਾ ਸਕਦੇ ਹਾਂ। ਜੇ ਸਾਡੇ ਕੋਲ ਸ਼ਾਂਤੀ ਹੈ ਨਹੀਂ ਅੰਦਰ, ਸਾਡਾ ਧਿਆਨ ਜਾਂ ਰੋਣ 'ਚ ਹੈ ਜਾਂ ਗੱਲਾਂ ਕਰਨ ਵਿੱਚ ਹੈ, ਧਿਆਨ ਦੇਣਾ ਸਾਨੂੰ ਵੀ ਸ਼ਾਂਤੀ ਨਹੀਂ ਮਿਲੇਗੀ। ਔਰ ਗੱਲ ਕਰੀਏ ਮਨ ਨੂੰ ਦੁੱਖ ਤਾਂ ਜ਼ਰੂਰ ਹੈ, ਇਹ ਸਾਡੇ ਡਾਕਟਰ ਸਾਹਿਬ ਪੁਰਸ਼ੋਤਮ ਲਾਲ ਸ਼ਰਮਾ ਜੀ ਦੁਨੀਆਂ ਤੋਂ ਗਏ, ਲੇਕਿਨ ਧਿਆਨ ਦੇਣਾ ਕਹਿੰਦੇ ਜਦੋਂ ਲੇਕਿਨ ਇੱਥੇ ਆ ਕੇ ਰੋਣਾ ਵੀ ਚਾਹੀਦਾ ਕਿ ਅਸੀਂ ਬੜੇ ਦੁਖੀ ਹਾਂ, ਸਾਡੇ ਕੋਲ ਤਾਂ ਆਹ ਹੈ ਨਹੀਂ ਉਹ ਹੈ ਨਹੀਂ। ਭਗਵਾਨ ਕਹਿ ਰਹੇ ਨੇ ਕਿ ਰੋਣਾ ਤਾਂ ਸਾਨੂੰ ਜਨਮ ਤੋਂ ਹੀ ਆਉਂਦਾ ਹੈ, ਲੇਕਿਨ ਇੱਥੇ ਆ ਕੇ ਕੋਈ ਮੁਸਕਰਾਏ ਉਹਨੂੰ ਯਾਦ ਕੀਤਾ ਜਾਂਦਾ। ਐਸੀ ਕਰਨੀ ਕਰ ਚਲੋ ਜਗ ਹੱਸੇ ਤੁਮ ਹੱਸੋ ਜਗ, ਕੀ ਮਤਲਬ ਹੈ ਕਿ ਰੋਣਾ ਤਾਂ ਸਾਨੂੰ ਜਨਮ ਤੋਂ ਹੀ, ਬੱਚੇ ਨੂੰ ਰੋ, ਬੱਚਾ ਰੋਏ ਨਾ ਤਾਂ ਘਰ ਵਾਲੇ ਸਮਝਦੇ ਕਿ ਬੱਚਾ ਠੀਕ ਠਾਕ ਹੀ ਨਹੀਂ। ਸ਼ਾਸਤਰ ਇਹ ਕਹਿੰਦਾ ਭਾਈ ਰੋਣ ਦਾ ਮਤ ਤਾਂ ਜਨਮ ਤੋਂ ਹੀ ਸਿੱਖ ਗਏ, ਲੇਕਿਨ ਇੱਥੇ ਆ ਕੇ ਇਹੋ ਜਿਹੇ ਕੰਮ ਕਰੋਗੇ ਮਰਨ ਲੱਗਿਆ ਇੱਕ ਆਹ ਖੁਸ਼ੀ ਹੋ, ਕਿਉਂ ਕਾਹਦੀ ਖੁਸ਼ੀ, ਸੰਸਾਰ ਦੇ ਲਈ ਆਪਣਾ ਸਮਾਂ ਦਿਓ, ਇਸ ਸਮਾਜ ਵਾਸਤੇ ਆਪਣਾ ਸਮਾਂ ਦਿਓ, ਤੇ ਜਿਨ੍ਹਾਂ ਨੇ ਸਮਾਜ ਨੂੰ ਸਮਾਂ ਦਿੱਤਾ ਹੈ ਸਮੇਂ ਆਜ ਹੈ, ਜਿਨ੍ਹਾਂ ਨੇ ਸਮਾਜ ਨੂੰ ਸਮਾਂ ਦਿੱਤਾ ਹੈ ਉਹਨਾਂ ਨੂੰ ਹੀ ਯਾਦ ਕੀਤਾ ਜਾਂਦਾ ਹੈ, ਜਿਨ੍ਹਾਂ ਦੇ ਅੰਦਰ ਦਇਆ ਨੇ
ਉਹਨਾਂ ਨੂੰ ਯਾਦ ਨਹੀਂ ਕੀਤਾ ਜਾਂਦਾ। ਜਿਹੜਾ ਯਾਦ ਨੂੰ ਪੜ੍ਹ ਕੇ ਦੇਖੋ, ਯਾਦ ਨੂੰ ਪੁੱਠਾ ਪੜੋਗੇ ਤਾਂ ਕੀ ਬਣੇਗਾ? ਦਇਆ। ਯਾਦ ਨੂੰ ਪੁੱਠਾ ਕਰੀਏ ਤਾਂ ਕੀ ਬਣਦਾ ਹੈ? ਕੇ ਆਏ ਤਾਂ ਆਪਣੀ ਸੱਸ ਨੂੰ ਮਾਂ ਸਮਝੇ। ਬੁਰਾ ਨਾ ਮੰਨਿਆ ਜੇ ਮੈਂ ਸ਼ਬਦ ਲਈ ਸਾਂਝੀ ਗੱਲ ਕਹਿ ਰਿਹਾ। ਕੋਈ ਨੂੰਹ ਬਣ ਕੇ ਆਏ ਤਾਂ ਆਪਣੀ ਸੱਸ ਨੂੰ ਮਾਂ ਸਮਝੇ, ਔਰ ਜੇ ਕੋਈ ਸੱਸ ਨੂੰਹ ਲਿਆਏ ਤਾਂ ਆਪਣੀ ਨੂੰਹ ਨੂੰ ਧੀ ਸਮਝੇ। ਅੱਜ ਆਪਣੇ ਪੰਜਾਬ ਦੇ ਅੰਦਰ ਬੜਾ ਹੀ ਦੁਸ਼ਟਤਾ ਕਾਰਜ ਚੱਲ ਰਿਹਾ। ਪਤਾ ਨਹੀਂ ਕਿਉਂ ਇੱਕ ਦੂਜੇ ਨਾਲ ਪਾਣੀ ਨਹੀਂ ਰਹੀ। ਇਸ ਲਈ ਮੈਂ ਬੇਨਤੀ ਕਰਦਾ, ਹੋ ਸਕਦਾ ਕੋਈ 2-4-10 ਜਣਿਆਂ ਨੂੰ ਇਹ ਗੱਲ ਘਰ ਕਰ ਜਾਏ, ਸਾਡਾ ਵੀ ਕਲਿਆਣ ਹੋ ਜਾਏ। ਮਾਤ ਪਿਤਾ ਕੇ ਚਰਨ ਛੂਹੇ ਜੋ ਚਾਰ ਧਾਮ ਤੀਰਥ ਬਲ ਪਾਏ, ਸੀਸ ਜੋ ਆਪਣੇ ਦਿਲ ਸੇ ਦੇਵੇ ਵੋ ਭਗਵਾਨ ਸੇ ਬਿਨਾ ਡਾਲੀ ਜਾਏ। ਲੇਕਿਨ ਨਹੀਂ, ਮਾਂ ਬਾਪ ਦੇ ਜਾਣ ਮਗਰੋਂ ਉਹਨਾਂ ਨੂੰ ਈਸ਼ਵਰ ਮੰਨੋ। ਉਹਨਾਂ ਧੁੱਪ ਰਹਿਣੀ ਨਾ ਸ਼ਾਮ ਬੰਦਿਆ, ਨਾ ਪਿਓ ਰਹਿਣਾ ਨਾ ਮਾਂ ਬੰਦਿਆ, ਨਾ ਧੁੱਪ ਰਹਿਣੀ ਨਾ ਸ਼ਾਮ ਬੰਦਿਆ, ਨਾ ਹੀ ਪਿਓ ਰਹਿਣਾ ਨਾ ਮਾਂ ਬੰਦਿਆ। ਹਰ ਸ਼ੈਨੇ ਆਖਿਰ ਮੁੱਕ ਜਾਣਾ, ਸ਼ੈਨੇ ਆਖਿਰ ਮੁੱਕ ਜਾਣਾ, ਹਰ ਸ਼ੈਨੇ ਆਖਿਰ ਜਦੋਂ ਜੰਗਲ 'ਚ ਤਬਲਾ ਵਜਾ ਰਹੇ ਸੀ ਨਾ, ਰੋਜ਼ ਇੱਕ
ਬੱਕਰੀ ਰੋਜ਼ ਇੱਕ ਨਿੱਕਾ ਜਿਹਾ ਬੱਕਰੀ ਦਾ ਬੱਚਾ ਆਵੇ ਤੇ ਤਬਲੇ ਦੇ ਕੋਲੇ ਬਹਿ ਜੇ ਕਰੇ। ਇੱਕ ਦਿਨ ਬੈਠਿਆ, ਦੋ ਦਿਨ ਬੈਠਿਆ, ਤੀਸਰੇ ਦਿਨ ਸ਼ਾਸਤਰੀ ਜੀ ਕਹਿੰਦੇ ਭਾਈ ਤੈਨੂੰ ਤਬਲਾ ਬੜਾ ਪਸੰਦ ਹੈ ਨਾ, ਤੈਨੂੰ ਤਬਲਾ ਜਦੋਂ ਵੱਜਦਾ ਤੇ ਤੂੰ ਭੱਜਿਆ ਹੀ ਆਉਣਾ, ਮੈਂ ਤਬਲਾ ਸੋਹਣਾ ਵਜਾਉਣਾ, ਤੈਨੂੰ ਸੋਹਣਾ ਲੱਗਦਾ, ਧਿਆਨ ਦੇਣਾ। ਬੱਚੇ ਨੇ ਪਤਾ ਕੀ ਕਿਹਾ, ਕਹਿੰਦਾ ਸੋਹਣੇ ਸੋਹਣੇ ਦਾ ਮੈਨੂੰ ਪਤਾ ਨਹੀਂ, ਪਰ ਜਿਹੜੇ ਤਬਲੇ 'ਤੇ ਤੂੰ ਜਦੋਂ ਹੱਥ ਮਾਰਦਾ ਨਾ ਮੇਰੇ ਇੱਥੇ ਪੀੜ ਹੁੰਦੀ, ਮੇਰੇ ਇੱਥੇ ਪੀੜ ਹੁੰਦੀ ਹੈ। ਸ਼ਾਸਤਰੀ ਕਹਿੰਦੇ ਤੇਰੇ ਇੱਥੇ ਪੀੜ ਹੁੰਦੀ ਕਿਉਂ ਹੁੰਦੀ ਹੈ? ਉਹ ਬੱਕਰੀ ਦਾ ਨਿੱਕਾ ਜਿਹਾ ਬੱਚਾ ਕਹਿੰਦਾ ਜਿਸ ਤਬਲੇ ਦੇ ਕੂੜੇ ਦੇ ਉੱਤੇ ਤੁਸੀਂ ਹੱਥ ਮਾਰਦੇ ਹੋ ਨਾ, ਉਹ ਕੂੜਾ ਮੇਰੀ ਮਾਂ ਦੀ ਖੰਘ ਹੈ, ਉਹ ਕੂੜਾ ਮੇਰੀ ਮਾਂ ਦੀ ਚਮੜੀ ਦਾ। ਜਦੋਂ ਉਹਦੇ ਉੱਤੇ ਤੂੰ ਜ਼ੋਰ ਜ਼ੋਰ ਦੀ ਹੱਥ ਮਾਰਦਾ ਨਾ ਮੇਰੇ ਇੱਥੇ ਕੁਛ ਹੁੰਦਾ, ਮੈਂ ਤਾਂ ਉਹ ਦੇਖਣ ਆਉਣਾ ਵੀ ਤੂੰ ਇੰਨੀ ਜ਼ੋਰ ਦੀ ਨਾ ਮਾਰਿਆ ਕਰ। ਇਹਨਾਂ ਸੋਚਿਆ ਜੇ ਕਿ ਮਾਂ ਬਾਪ ਜਦੋਂ ਚਲੇ ਗਏ ਤੇ ਉਹ ਦੇਖਦੇ ਹੀ ਨਹੀਂ। ਸ਼ਰਮਾ ਜੀ ਜਦੋਂ ਸਵੇਰੇ ਉੱਠੋਗੇ ਸਿਰ 'ਤੇ ਹੱਥ ਫੇਰਨ ਵਾਲਾ ਯਾਦ ਆਏਗਾ, ਜਦੋਂ ਘਰੇ ਚੰਗੇ ਕੰਮ ਚੱਲੇ ਆ ਮੂੰਹ 'ਚ ਦਹੀਂ ਦਾ ਚਮਚਾ ਪਾਉਣ ਵਾਲੇ ਯਾਦ ਆਉਣਗੇ, ਤੇ ਜਦੋਂ ਘਰੇ ਲੇਟ ਵੜੋਗੇ ਤਾਂ ਅੱਗੋਂ ਲੜਨ ਵਾਲੇ ਕਿੱਥੋਂ ਆਇਆ ਇੰਨੀ ਲੇਟ, ਖਿੱਚ ਕੇ ਚਾਦਰ ਲਾਉਣ ਵਾਲੇ ਉਹ ਵੀ ਯਾਦ ਆਉਣਗੇ। ਮਾਂ ਬਾਪ ਜਾਣ ਤੋਂ ਬਾਅਦ ਵੀ ਦੇਖਦੇ, ਥੋੜ੍ਹੇ ਦਿਨ ਪਹਿਲਾਂ ਸਰਾਧ ਲੰਘ ਕੇ ਗਏ ਨੇ, ਸ਼ਰਮਾ ਜੀ ਗੱਲ ਕਰ ਰਹੇ ਸੀ ਸਰਾਧਾਂ ਦੇ ਅੰਦਰ ਹੀ, ਸਰਾਧਾਂ ਨੂੰ ਸਿੱਧਾ ਸਵਰਗ ਦਾ ਦਰਵਾਜ਼ਾ ਖੁੱਲ੍ਹਾ ਹੈ। ਸਰਾਧ ਪਤਾ ਕਿਉਂ ਬਣਾਏ ਗਏ? ਸਰਾਧ ਦਾ ਕੰਨਾ ਢਾ ਕੇ ਪਿੱਛੇ ਲਾਓ ਬਾਂਝਣ ਦੀ ਸ਼ਰਧਾ, ਜਿਨ੍ਹਾਂ ਲੋਕਾਂ ਨੇ ਮਾਤਾ ਪਿਤਾ ਦੇ ਚਰਨਾਂ ਦੀ ਸੇਵਾ ਕੀਤੀ, ਸ਼ਰਧਾ ਵਿਖਾਈ ਹੈ, ਉਹਨਾਂ ਦਾ ਹੀ ਕਲਿਆਣ ਹੁੰਦਾ ਹੈ, ਅਤੇ ਜਿਹੜੇ ਸ਼ਰਧਾ ਨਹੀਂ ਵਿਖਾਉਂਦੇ ਉਹਨਾਂ ਦਾ ਕਲਿਆਣ ਨਹੀਂ ਹੁੰਦਾ। ਸ਼ਰਾਧ ਦਾ ਮਤਲਬ ਹੈ ਆਪਣੇ ਮਾਤਰ ਪਿੱਤਰ ਦੇ ਨਿਮਿੱਤ ਸ਼ਰਧਾ ਦਿਖਾਓ, ਕਿੰਨੀ ਕੁ ਸ਼ਰਧਾ। ਸਮਾਜ ਦੇ ਅੰਦਰ ਜਿਹਨੇ ਸ਼ਰਧਾ ਨਹੀਂ ਦਿਖਾਈ ਉਹਦੇ ਪ੍ਰਤੀ ਕੋਈ ਸ਼ਰਧਾ ਨਹੀਂ ਦਿਖਾਉਂਦਾ। ਔਰ ਧਿਆਨ ਦੇਣਾ, ਇਸ ਸਮਾਜ ਦੇ ਅੰਦਰ ਜੋ ਲੋਕ ਸਮਾਜ ਲਈ ਕੁਛ ਕਰਕੇ ਜਾਂਦੇ ਆ ਕੇਵਲ ਉਹਨਾਂ ਨੂੰ ਯਾਦ ਕੀਤਾ ਜਾਂਦਾ, ਉਮਰ ਦਾ ਕੋਈ ਲੇਖਾ ਜੋਖਾ ਨਹੀਂ ਦੱਸਿਆ ਗਿਆ। ਸਵਾਮੀ ਵਿਵੇਕਾਨੰਦ ਜੀ 32 ਸਾਲ ਦੀ ਉਮਰ 'ਚ ਮਰ ਗਏ। ਗੁਰੂ ਸ਼ੰਕਰਾਚਾਰਿਆ ਮਹਾਰਾਜ ਜੀ ਮੈਂ ਸੁਣਿਆ ਯੁਵਾ ਅਵਸਥਾ ਦੇ ਵਿੱਚ ਸਮਾਪਤ ਹੋ ਗਏ, ਸਰੀਰ ਪੂਰਾ ਹੋ ਗਿਆ। ਹਾਂ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੀ ਭਰੀ ਜਵਾਨੀ ਦੇ ਅੰਦਰ ਕਹਿੰਦੇ ਨੇ ਜਵਾਨ ਸੀ। ਸਰੀਰ ਦੀ ਗਣਨਾ ਨਹੀਂ ਹੈ, ਕਰਮਾਂ ਦੀ ਗਣਨਾ ਹੈ। ਧਰੂਪ 5 ਸਾਲ ਦੇ ਦਰਸ਼ਨ ਕਰ ਗਿਆ, ਪ੍ਰਹਲਾਦ ਛੋਟਾ ਜਿਹਾ ਭਗਤੀ ਕਰਕੇ ਤਰ ਗਿਆ, ਕੋਈ ਉਮਰ ਦਾ ਹਿਸਾਬ ਥੋੜ੍ਹਾ ਵੀ, ਲਿਸਟ ਕੱਢੋ ਕਿੰਨੇ ਸਾਲ ਦੇ ਸੀ। ਓਨੀ ਹੀ ਉਮਰ ਕੰਮ ਦੀ ਹੈ ਜਿੰਨੀ ਤੁਸੀਂ ਉਮਰ ਪਰਮਾਤਮਾ ਦੇ ਲੇਖੇ ਲਾਈ ਹੈ। ਬੰਦਿਆ
ਸ੍ਰੀ ਗੁਰੂ ਬ੍ਰਹਮ ਭਗਵਾਨ ਕੀ ਜੈ। ਗੁਰੂਰ ਬ੍ਰਹਮਾ ਗੁਰੂਰ ਵਿਸ਼ਨੁ ਗੁਰਦੇਵ ਮਹੇਸ਼ਵਰਾ ਗੁਰੂਰ ਸਾਕਸ਼ਾਤ ਪਰਮ ਬ੍ਰਹਮ ਤਸਮੈ ਸ੍ਰੀ ਗੁਰਵੇ ਨਮਃ ਤਸਮੈ ਸ੍ਰੀ ਗੁਰਵੇ ਨਮਃ। ਆਜ ਹਮ ਔਰ ਆਪ ਇਸ ਪਵਿੱਤਰ ਸਥਾਨ ਮੈਂ ਇੱਕ ਐਸੇ ਵਿਅਕਤੀ ਕੇ ਵਿਅਕਤਿਤਵ ਪਰ ਸ਼ਰਧਾ ਸੁਮਨ ਸ਼ਰਧਾਂਜਲੀ ਸਮਾਰੋਹ ਮੇਂ ਇਕੱਤ੍ਰਿਤ ਹੋਏ ਹੈ ਐਸੇ ਦਿਵਯ ਮਹਾਪੁਰਸ਼ ਹਮਾਰੇ ਬੀਚ ਮੈਂ ਸੰਤ ਮਹਾਪੁਰਸ਼ ਸ਼੍ਰੀ ਪਯਵ੍ਰਤ ਗੋਪਾਲ ਦਾਸ ਜੀ ਮਹਾਰਾਜ ਜੀ ਜੋ ਕੈਰੋ ਸੇ ਜੋੜਾ ਸੇ ਹਮ ਰਾਏ ਹੈ ਸ਼੍ਰੀ ਪੂਜ੍ਯ ਕੌਸਲੇਂਦਰ ਮਹਾਰਾਜ ਜੀ ਜੋ ਅਭੀ ਅਭੀ ਹਮਾਰੇ ਬੀਚ ਮੇਂ ਆਏ ਹੈ ਸ਼ਰਧਾਂਜਲੀ ਸਮਾਰੋਹ ਮੇਂ ਔਰ ਹਮਾਰੇ ਛੋਟੇ ਭਰਾਤਾ ਸਵਾਮੀ ਕੇਸਵਾਨੰਦ ਜੀ ਮਹਾਰਾਜ ਔਰ ਮੰਚ ਪਰ ਵਿਰਾਜਮਾਨ ਸਭੀ ਵਿਪਰਵਾਰ ਔਰ ਸੋਗ ਸੰਤਪਤ ਪਰਿਵਾਰ ਭਾਈਓ ਬਹਿਨੋ ਮਾਤੋ ਪੰਡਿਤ ਸ੍ਰੀ ਪੁਰਸ਼ੋਤਮ ਲਾਲ ਸ਼ਰਮਾ ਜੀ ਜੋ ਕਿ ਅੱਜ ਹਮਾਰੇ ਬੀਚ ਮੇਂ ਉਪਸਥਿਤ ਨਹੀਂ ਹੈ ਮੌਜੂਦਗੀ ਨਹੀਂ ਹੈ ਉਨਕੀ ਜੋ ਇਸ ਸਮਾਜ ਕੋ ਇੱਕ ਭਾਰੀ ਭਰਕਮ ਕਮੀ ਕਾ ਅਹਿਸਾਸ ਹੋ ਰਿਹਾ ਹੈ ਕਿਉਂਕਿ ਉਹ ਦਿਵਯ ਮਹਾਪੁਰਸ਼ ਹੀ ਥੇ ਜੋ ਆਜ ਉਨਕੀ ਯਹਾਂ ਪਰ ਆਪ ਲੋਗੋਂ ਕੀ ਸੰਖਿਆ ਬਤਾ ਰਹੀ ਹੈ ਉਹ ਕਿਸ ਤਰੀਕੇ ਕੇ ਵਿਅਕਤਿਤਵ ਥੇ ਵਿਅਕਤੀ ਥੇ ਕਿਉਂਕਿ ਇਹ ਸੰਸਾਰ ਹੈ ਜੀ ਸੰਸਾਰ ਮੇਂ ਜੋ ਆਇਆ ਹੈ ਉਸਕਾ ਜਾਣਾ ਨਿਸ਼ਚਿਤ ਹੈ। ਹਮਾਰੀ ਪਵਿੱਤਰ ਗ੍ਰੰਥ ਗੀਤਾ ਜੀ ਕਹਿਤੀ ਹੈ ਵਾਸਾਂਸ ਜੀਰਣਾਨੀ ਯਥਾ ਵਿਹਾਇ ਨਵਾਂ ਨਿਗ੍ਰਹਾਨੀ ਨਰੋਪਰਾਣ। ਇਸ ਸੰਸਾਰ ਮੇਂ ਜਿਸ ਤਰ੍ਹਾਂ ਹਮ ਆਪਣੇ ਵਸਤਰੋਂ ਕੋ ਪੁਰਾਣੇ ਹੋਣੇ ਪਰ ਨਵਾਂ ਵਸਤਰ ਗ੍ਰਹਿਣ ਕਰਦੇ ਹੈ ਉਸੀ ਤਰ੍ਹਾਂ ਮਾਨਵ ਆਪਣੇ ਇਸ ਪੁਰਾਣੇ ਚੋਲੇ ਕੋ ਛੋੜ ਕਰ
नया शरीर धारण करता है। आत्मा न पैदा होती है न मर, वो अजर अमर अमित है। हमें यह वस्त्र बदलना ही पड़ता है। ये वस्त्र बदलने का समय देखिए, हम जीवन में कभी नए वस्त्र में भी कुछ समय बाद कट कुट लग गया, कोई कांटा लग गया, कोई कुछ कट लग गया, तो हमें उस वस्त्र को भी त्यागना पड़ता है। इसकी कोई उम्र सीमा नहीं है। यहाँ पर अगर व्यक्तित्व का कुछ है तो उसके कर्म हैं। कर्म हमें वही याद, उनके पंडित जी के कर्म हैं जो यहाँ पर इतनी संख्या में आप लोगों ने श्रद्धा सुमन भेंट करने यहाँ पर एकत्र हुए हैं। श्रद्धांजलि उन्हें ये नहीं कि हम लोग आए पुष्प चढ़ा ले होंगे, श्रद्धा उनके प्रति हमारी कितनी श्रद्धा थी उसकी अंजलि हम उन्हें अर्पित करने यहाँ पर एकत्र हुए हैं। मुझे पुरुषोत्तम लाल शर्मा जी के सानिध्य में जब बचपन में छोटा सा हुआ करता तब से मुझे पंडित जी का सानिध्य प्राप्त हुआ था, क्योंकि मैं जानता हूँ कैसे मैंने उस स्थान पर जीवन यापन किया और पंडित जी का सानिध्य प्राप्त किया था। आज वो स्थान मेरे लिए सुयोग्य साबित हो रहा है। ऐसी दिव्य आत्मा को हम आज यहाँ पर श्रद्धा सुमन देने एकत्र हुए हैं। व्यक्ति संसार में आता है तो उसी समय उसका लेखा जोखा तय हो जाता है, मृत्यु निश्चित। शरीर बदलना है, आत्मा न पैदा हुई है न मरना। तो हमारे कर्म कैसे होने चाहिए? हम यहाँ पर परमात्मा ने भेजा है कि कुछ प्रभु का स्मरण हो जाए, मानव पर दया हो जाए, लेकिन हम लोग यहाँ पर आते हैं करते क्या हैं? मानव पर अहिंसा करना प्रारंभ कर देते हैं। जानवरों पर, पशुओं पर अहिंसा करना प्रारंभ कर देते हैं। हमारे कर्म नेक होने चाहिए, धन दौलत के पीछे ज्यादा दौड़ नहीं लगानी चाहिए। हम
ਪ੍ਰਾਤ ਤੋੜ ਤੇ ਹੀ ਬਸ ਧਨ ਕਮਾਉਣਾ ਹੈ ਔਰ ਹਮਾਰਾ ਕੋਈ ਧੇਯ ਨਹੀਂ ਰਹੇ, ਜੀਵਨ ਮੈਂ ਪਛਤਾਤੇ ਹੀ ਰਹੇਗੇ। ਕਹਿਤੇ ਹੈ ਭਕਤੀ ਹਮ ਜਵਾਨੀ ਅਵਸਥਾ ਮੈਂ ਨਹੀਂ ਕਰਾਂਗੇ, ਵ੍ਰਿਧਾ ਅਵਸਥਾ ਮੈਂ ਕਰ ਲਵਾਂਗੇ। ਜਵਾਨੀ ਅਵਸਥਾ ਹੈ ਤੋ ਇਸਮੇਂ ਐਸ ਆਰਾਮ ਕੀਆ ਜਾਏ, ਵ੍ਰਿਧਾ ਅਵਸਥਾ ਮੈਂ ਹਮ ਪ੍ਰਭੂ ਕਾ ਸਮਰਨ ਕਿਆ ਕਰ ਲਵਾਂਗੇ। ਉਹ ਵ੍ਰਿਧਾ ਅਵਸਥਾ ਹੈ ਕਹੀਂ ਹਮ ਜਾ ਨਹੀਂ ਸਕਤੇ ਤੋ ਉਸਮੇਂ ਮਾਲਾ ਪਕੜਾਂਗੇ ਔਰ ਭਗਵਾਨ ਕਾ ਨਾਮ ਸਮਰਨ ਕਰਾਂਗੇ। ਯਾਦ ਰੱਖਣਾ, ਅਗਰ ਜਵਾਨੀ ਮੈਂ ਉਸ ਪ੍ਰਭੂ ਕਾ ਨਾਮ ਨਹੀਂ ਲਿਆ, ਉਸ ਹਰੀ ਕਾ ਨਾਮ ਨਹੀਂ ਲਿਆ ਤੋ ਵ੍ਰਿਧਾ ਅਵਸਥਾ ਜਾਂ ਮਰਨ ਅਵਸਥਾ ਮੈਂ ਵੀ ਉਹ ਨਾਮ ਨਹੀਂ ਲਿਆ ਜਾ ਸਕਦਾ। ਅਗਰ ਆਪਣੇ ਜੀਵਨ ਮੈਂ ਆਪਣੇ ਉਸ ਪਰਮਾਤਮਾ ਕੋ ਤਨਿਕ ਵੀ ਯਾਦ ਕੀਆ ਤੋ ਆਪਕਾ ਮਰਨ ਜਨਮ ਮਰਨ ਵੀ ਸਫਲ ਹੋ। ਸੰਸਾਰ ਹੈ, ਨਿਸ਼ਚਿਤ ਹੈ ਜਨਮ ਮ੍ਰਿਤਯੂ। ਉਹ ਹਮਾਰੇ ਬੀਚ ਸੇ ਆਜ ਗਏ ਨਹੀਂ ਹੈ, ਉਹ ਕਿਸੇ ਨਾ ਕਿਸੇ ਰੂਪ ਮੈਂ ਹਮਾਰੇ ਬੀਚ ਮੈਂ ਹਮਾਰੇ ਬੀਚ ਮੈਂ ਬਸਤੀ ਹੈ। ਗੋਵਰਧਨ ਸ਼ਰਮਾ ਜੀ ਹਮਾਰੇ ਬੀਚ ਮੈਂ ਹੈ, ਤੋ ਹਮੇ ਐਸੇ ਵਿਅਕਤਿਤਵ ਕੇ ਜੀਵਨ ਪਰ ਪ੍ਰਕਾਸ਼ ਡਾਲਣਾ ਚਾਹੀਏ, ਕਿਉਂਕਿ ਪੰਡਿਤ ਜੀ ਕਾ ਜੀਵਨ ਜੋ ਸ਼ੁਰੂ ਸੇ ਰਹਾ ਉਹ ਸੰਤੋਂ ਕੇ ਮੱਧ ਸੰਤ ਹੀ ਜੀਵਨ ਉਨਕਾ ਰਹਾ, ਕਭੀ ਉਹ ਸੰਤੋਂ ਸੇ ਅਲਗ ਨਹੀਂ ਹੋਏ। ਸੰਤੋਂ ਕਾ ਸਭੀ ਕਾ ਆਸ਼ੀਰਵਾਦ ਵਰਦ ਹਸਤ ਉਨਕੇ ਉੱਪਰ ਥਾ। ਆਜ ਐਸੇ ਵਿਅਕਤਿਤਵ ਕਾ ਜਾਣਾ ਹਮਾਰੇ ਲਈ ਜ਼ਰੂਰੀ, ਸਰੀਰ ਰੂਪ ਮੈਂ ਕਮੀ ਹੈ ਪਰੰਤੂ ਉਨਕਾ ਵਰਦ ਹਸਤ ਇਸ ਪਰਿਵਾਰ ਮਾਰਗ ਪਰ ਚਲੇ, ਉਨਮੇਂ ਜੋ ਜੀਵਨ ਮੈਂ ਆਚਰਣ ਅਪਣਾਇਆ ਥਾ ਉਸੀ ਆਚਰਣ ਕੋ ਹਮ ਔਰ ਆਪ ਵੀ ਅਪਣਾਏ ਤੋ ਇਹ ਹਮਾਰੀ ਉਨਕੇ ਪ੍ਰਤੀ ਸੱਚੀ ਸ਼ਰਧਾਂਜਲੀ ਹੋਗੀ। ਜੋ ਹਮਾਰੇ ਅੰਦਰ ਸ਼ਰਧਾ ਹੈ, ਕਿਤਨੀ ਸ਼ਰਧਾ ਹੈ ਉਸਕੀ ਇੱਕ ਅੰਜਲੀ ਹਮੇਂ ਉਨਕੇ ਪ੍ਰਤੀ ਅਰਪਿਤ ਕਰਨੀ ਹੈ, ਇਹ ਹਮਾਰੀ ਸੱਚੀ ਸ਼ਰਧਾਂਜਲੀ ਹੋਗੀ। ਤੋ ਹਮਾਰੇ ਬੀਚ ਮੈਂ ਪੂਜ ਕੌਸਲੇਂਦਰ ਜੀ ਮਹਾਰਾਜ ਹੈ, ਮੈਂ ਉਨਸੇ ਨਿਵੇਦਨ ਕਰੂੰਗਾ ਕਿ ਉਹ ਆਪਣੀ ਸ਼ਰਧਾ ਸੁਮਨ ਪੂਜ ਪੰਡਿਤ ਸ਼੍ਰੀ ਪੁਰਸ਼ੋਤਮ ਲਾਲ ਜੀ ਕੇ ਚਰਣਾਂ ਮੈਂ ਆਪਣੀ ਭਾਵਾਂਜਲੀ ਪੁਸ਼ਪਾਂਜਲੀ ਅਰਪਿਤ ਕਰਾਂਗੇ ਪੂਜ ਮਹਾਰਾਜ।
ਸੰਤੁਸ਼ਟ ਰੋਹਮ ਤੀਰਥਾਸਪਦਮ ਸਵਿਰੰਚਿਨੁਦਮ ਸ਼ਰੰਗਮ ਪ੍ਰਤਿਆਪਿਹਮ ਪ੍ਰਣਤਪਾਲ੍ਯਭਵਾਭਿਭੂਤਮ ਵੰਦੇ ਮਹਾਪੁਰੁਸ ਤੇ ਚਰਣਾਰਵਿੰਦਮ ਨਮੋਸਤੁ ਅਨੰਤਾਯ ਸਹਸ੍ਰਮੂਰਤਯੇ ਸਹਸ੍ਰਪਾਦਾਕ੍ਸ਼ਿ ਸ਼ਿਰੋਰੂਪਾਹਵੇ ਸਹਸ੍ਰਨਾਮ੍ਨੇ ਪੁਰੁਸ਼ਾਯ ਸ਼ਾਸ਼ਵਤੇ ਸਹਸ੍ਰਕੋਟੀਯੁਗਧਾਰਿਣੇ ਨਮਃ ਆਯਾ ਹੈ ਸੋ ਜਾਏਗਾ ਏਕ ਸਿੰਘਾਸਨ ਚਲ ਬਸੇ ਏਕ ਬੰਧਾ ਜੰਜੀ ਪੱਤਾ ਟੂਟਾ ਡਾਲ ਸੇ ਲੈ ਗਈ ਪਵਨ ਉੜਾ ਪੱਤਾ ਬੋਲਾ ਡਾਲ ਸੇ ਅਰੇ ਪ੍ਰੀਤ ਮਮਰੀ ਡਾਲੀ ਬੋਲੀ ਪਾਤ ਸੇ ਅਰੇ ਪ੍ਰੀਤ ਮਮਰੀ ਅਬ ਕੇ ਬਿਛੁੜੇ ਨਾ ਮਿਲੇ ਯਹੀ ਜਗਤ ਕੀ ਅਰਜਨੀ ਬੰਦਨੀ ਪ੍ਰਾਤਾ ਸ਼ਮਰਤ ਸ਼ਮਰਤ ਸ੍ਰੀ ਸਤਿਗੁਰ ਚਰਣ ਮਾਤਾਓ ਧਰਮਾਨੁਭਾਗੀ ਲਕਸ਼ਮੀ ਸਰੂਪਾ ਏਵਂ ਪ੍ਰਿਯ ਭਕਤੋ ਆਜ ਇਸ ਸ਼ੋਕ ਦੀ ਘੜੀ ਮੇਂ ਸਭੀ ਡਾਕਟਰ ਸ੍ਰੀ ਪੁਰਸ਼ੋਤਮ ਲਾਲ ਜੀ ਸ਼ਰਮਾ ਜੋ ਕਿ ਕੁਛ ਸਮੇਂ ਪਹਿਲੇ ਆਪਣੇ ਇਸ ਪੰਚ ਭੌਤਿਕ ਸਰੀਰ ਦਾ ਤਿਆਗ ਕਰਕੇ ਉਸ ਪਰਮ ਪਿਤਾ ਪਰਮਾਤਮਾ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਹਮੇਸ਼ਾ ਹਮੇਸ਼ਾ ਕੇ ਲਈ ਚਿਰ ਨਿਦਰਾ ਵਿੱਚ ਲੀਨ ਹੋ ਗਏ। ਜੈਸੇ ਜਿਵੇਂ ਪੂਜ ਪਾਤ ਮਹਾਰਾਜ ਸ੍ਰੀ ਬੜੀ ਸੁੰਦਰ ਬਾਤ ਆਪ ਲੋਕਾਂ ਦੇ ਸਾਹਮਣੇ ਰੱਖੀ, ਤਬ ਉਸਕੇ ਜਾਣੇ ਕੇ ਬਾਅਦ ਪਤਾ ਚਲਤਾ ਹੈ ਕਿ ਇਹ ਵਿਅਕਤੀ ਕੀ ਕਮੀ ਜੋ ਆਜ ਹਮੇ ਮਹਿਸੂਸ ਹੋ ਰਹੀ ਹੈ, ਇਹ ਵਾਸਤਵ ਮੇਂ ਇਨਸਾਨ ਕਿਆ ਥਾ। ਡਾਕਟਰ ਸ੍ਰੀ ਪੁਰਸ਼ੋਤਮ ਲਾਲ ਜੀ ਸ਼ਰਮਾ ਜੀ ਕਾ ਵਿਅਕਤਿਤਵ ਆਪ ਔਰ ਹਮਾਰੇ ਸਾਹਮਣੇ ਹੈ। 70-75 ਸਾਲ ਕੀ ਆਯੂ ਭੋਗ ਕਰਕੇ ਔਰ ਅਕਸਮਾਤ ਦੇਖੋ ਬਾਤ ਯਹਾਂ ਆਨੇ ਔਰ ਜਾਣੇ ਕੀ ਨਹੀਂ ਹੋ ਰਹੀ, ਬਾਤ ਹੋ ਰਹੀ ਹੈ ਕਿ ਆਨੇ ਔਰ ਜਾਣੇ ਕੇ ਬੀਚ ਮੇਂ ਹਮਾਰਾ ਰੋਲ ਕਿਆ ਹੈ, ਹਮਾਰਾ ਜੀਵਨ ਕਿਆ ਹੈ, ਇਹ ਮਹੱਤਵਪੂਰਨ ਬਾਤ ਹੈ। ਇਸ ਸੰਸਾਰ ਦਾ ਨਿਯਮ ਹੈ 80 ਜੀਓ 85 ਜੀਓ ਇੱਕ ਦਿਨ ਕਰੋ ਪਿਆ ਆਪਣੇ ਕਰਮ ਲਈ ਕਰਕੇ,
और अपने शुभाशुभ कर्मों के द्वारा ही व्यक्ति अनेकों योनियों में जन्म धारण करके और अपने कर्मों का भुगतान करता है। तो महापुरुष कहते हैं आने और जाने के बीच में प्राणी का जो रोल है वो महत्वपूर्ण होता है। डॉक्टर पुरुषोत्तम लाल जी शर्मा तकरीबन 20 से 25 सालों से मैं भी उनसे मिल रहा था, कई बार हमारा सत्संग हुआ, कई बार विचारों का आदान प्रदान हुआ और कई बार कुंभों में भी 10-10 दिन 15-15 दिन रहने का मौका उनके साथ मिला। और जो उनके संपर्क में रहे या जिन्होंने उनका संग किया लगा हुआ था, और आप लोग देखते हो कुंभों में कितनी बड़ी व्यवस्थाएं होती हैं, आश्रमों की कितनी बड़ी व्यवस्थाएं होती हैं, पर डॉक्टर साहब बड़े ईमानदारी और बड़े ही श्रद्धा और विश्वास के साथ जिम्मेदारी को निभाते थे। महामहिम ब्रह्मलीन परम पूज स्वामी शांतानंद जी महाराज, जिनका हम बाया अंग भी कह सकते हैं, बाई भुजा भी कह सकते हैं, महाराज जी का इतना बड़ा विश्वास डॉक्टर साहब के ऊपर होता था कि बड़ी से बड़ी जिम्मेदारी महाराज जी सौंप देते थे। डॉक्टर साहब आपने ये काम इतने समय में पूरा करना है, और डॉक्टर साहब बड़ी जिम्मेदारी के साथ गुरु आज्ञा मान करके और बड़े लगन के साथ उस कार्य को पूरा करते थे। इसका प्रमाण देखो मक्कू में कुछ ही समय में और कितना आलीशान भव्य मंदिर का निर्माण डॉक्टर साहब की देख रेख में हुआ, और जो उस आश्रम का जो हम स्तंभ कह सकते हैं, नींव कह सकते हैं, वो डॉक्टर साहब हैं, जो कि महाराज जी को प्रेरणा देते रहते थे, क्योंकि मैं भी कई बार बैठा होता था, सुनता रहता था कि महाराज जी ये कुटिया मक्कू में भी होना चाहिए, मक्कू की संगत भी चाहिए कि महाराज जी की कुटिया मक्कू से बने और यहाँ पर सत्संग मिलता है, संतों के दर्शन होते रहे, संतों का आना जाना बना रहे। और महाराज जी ने डॉक्टर साहब के आग्रह को स्वीकार कर लिया, और देखो मक्कू देवी जी कितना सुंदर मंदिर का निर्माण करवाया, और डॉक्टर साहब ने बड़ी श्रद्धा लगन के साथ महाराज जी का साथ दिया। महाकुंभ इलाहाबाद में तकरीबन हम लोग 15 से 20 दिन रहे, और वहां पर हमने देखा कि सुबह से लेकर के रात तक डॉक्टर साहब व्यवस्थाओं में लगे, कोई आ रहा है कोई जा रहा है, किसने भोजन किया किसने भोजन नहीं किया, किसको बिस्तरे मिले किसको नहीं मिले, एक एक व्यक्ति को गाइड करना, एक एक व्यक्ति को जाकर के पूछना, देखो कितनी बड़ी व्यवस्था है। अगर हमारे घर में कोई एक दो मेहमान आ जाए तो हमें कई दिनों से चिंता होने लगती है कि हमारे घर मेहमान आ रहे हैं, उनकी व्यवस्थाओं में हम लोग लग जाते हैं, पर जब मेले होते हैं कुंभों के मेले, इतनी बड़ी व्यवस्था होगी आप सोचे। डॉक्टर साहब बड़े लगन और बड़ी हिम्मत के साथ गुरु आज्ञा का पालन करते हुए उस व्यवस्था को हमेशा
तत्पर रहते थे। तो ऐसे पुण्य आत्माएं जिन्होंने जीते जी गुरुओं का संग किया, संतों की वाणी सुनी और गुरु सेवा के लिए हर समय तैयार रहते थे कि महाराज जी के मुख से वाणी निकली तो उनके लिए शुभकामना ने कहा कि छड़गा तो दुनिया से ऐसिया निशानियां कि बच्चा बच्चा गाना रवे तेरिया कहानियां। छड़ जाते दुनिया गाना तो सभी को पड़ेगा, कोई अगर सोचे कि मैं यहाँ हमेशा रहूंगा तो हमेशा तो किसी को भी यहाँ नहीं रहेगा। आया है समुदाय का राजा रंग फकीर, कितने आए कितने चले गए, पर याद हमेशा उसकी आती है, अच्छाई हमेशा उसके सामने आती है जिन्होंने धर्म के लिए समाज के लिए कुछ करके गए। जैसे कि डॉक्टर प्रहलाद आंख से देख रहा है तुम्हें देखने वाला। इसलिए जीवन में एक संकल्प होना चाहिए, यदि जीवन कैसा हो बोले जैसे बना लो वैसा। यही तो हमें संत महापुरुष अपनी वाणी के माध्यम से ये मैसेज आने वाले दिन डॉक्टर साहब की अंतिम अरदास है। कितना अद्भुत संयोग है, विजयादशमी विजय का प्रतीक है। और आप विचार करें, परसों मेरे पास एक व्यक्ति आया, पैसे से वो वकील है। पहले आप अपना दृष्टिकोण बताओ कि आपके नजर में ठीक है कि नहीं। बोले महाराज मेरी नजरों में तो ठीक नहीं है। बात तो त्रेता की है, त्रेता गुजर गया, द्वापर गुजर गया और कलयुग के भी 6000 वर्ष गुजर चुके, पर रावण अभी भी जलाया जा रहा है और आगे तक जलाता जाएगा। क्यों? देखो व्यक्ति कितना भी महान क्यों ना हो जाए, अर्थ ये नहीं होता, व्यक्ति कितना भी महान क्यों ना हो जाए पर थोड़ी सी बुराई उस इंसान को नीचे गिरा देती। आप लोग विचार करें, अगर रावण के चरित्र को अगर आप लोग ध्यान से पढ़ेंगे तो शायद हर कोई व्यक्ति यही कहेगा कि रावण जलाने योग्य नहीं है। तौर पर अगर आप विचार करिए तो जीवन में उसने कई बहुत अच्छे काम किए, बहुत अच्छे काम किए, पर एंड में आकर के उसने भगवती जगदम्बा आदि शक्ति माँ सीता का हरण करके अपने जीवन पर अपने चरित्र पर ऐसा कलंक लगाया कि देखो मेरे रावण एक अच्छा पात्र नहीं है। आज भी लोग पुतला जलाते हैं। इसलिए जीवन में चरित्र का बहुत बड़ा महत्व है। और आप विचार करो, अगर शायद रावण नहीं होता तो आज घर घर में राम कथा नहीं होती, पर उसकी जो बुराई है वो युगों युगों तक इस संसार में हमें देखने वाला है। इसलिए भगवान श्री कृष्ण गीता में कहते हैं, आपको गीता पढ़ते होंगे,
ਜਨਮ ਮ੍ਰਿਤੂ ਜਰਾ ਵਿਆਧੀ ਦੁੱਖ ਦੋਸ਼ਾਂ ਦਰਸ਼ਨ। ਬੋਲੇ ਅਗਰ ਆਤਮ ਚਿੰਤਨ ਗੁਰੂ ਭਗਵਾਨ ਸ਼੍ਰੀ ਕ੍ਰਿਸ਼ਨ ਵੀ ਪ੍ਰਾਤਃ 3 ਵਜੇ ਉੱਠ ਜਾਂਦੇ ਥੇ ਔਰ ਉੱਠ ਕਰਕੇ ਉਹ ਵੀ ਧਿਆਨ ਕਰਦੇ ਥੇ, ਚਿੰਤਨ ਕਰਦੇ ਥੇ। ਲੋਕੋ ਨੇ ਕਿਹਾ ਭਗਵਾਨ ਸਾਰਾ ਸੰਸਾਰ ਤੋਂ ਆਪਕਾ ਚਿੰਤਨ ਕਰਤਾ ਹੈ ਔਰ ਆਪ ਆਸਕਾ ਜੀ ਸਾਰਾ ਸੰਸਾਰ ਮੇਰਾ ਚਿੰਤਨ ਕਰਤਾ ਔਰ ਮੈਂ ਸਾਰੇ ਸੰਸਾਰ ਕਾ ਚਿੰਤਨ ਕਰਤਾ ਹੂੰ, ਮੈਂ ਵੀ ਦੇਖਤਾ ਹੂੰ ਕਿ ਕੌਣ ਸੋ ਰਿਹਾ ਹੈ, ਕੌਣ ਜਗ ਰਿਹਾ ਹੈ ਔਰ ਕੌਣ ਮੇਰਾ ਧਿਆਨ ਕਰ ਰਿਹਾ ਹੈ। ਅੰਮ੍ਰਿਤ ਵੇਲੇ ਕੌਣ ਸੁੱਤਾ, ਕੌਣ ਜਾਗਦਾ, ਕੌਣ ਨਾਮ ਜਪਦਾ, ਕੌਣ ਗੁਰੂ ਦੀ ਬਾਣੀ ਪੜ੍ਹਦਾ। ਇਸ ਲਈ ਤੁਸੀਂ ਕੰਮ ਕਰੋ। ਬੋਲੇ ਕਿਆ? ਬੋਲੇ ਸੁਬਹ ਉੱਠ ਕਰਕੇ ਆਪਣੇ ਜਨਮ ਨੂੰ ਯਾਦ ਕਰੋ। ਬੋਲੇ ਮਹਾਰਾਜ ਜਨਮ ਨੂੰ ਬੋਲੇ ਹਾਂ। ਬੋਲੇ ਕੈਸੇ? ਅਰਦਾਸ ਕਰਤਾ, ਪ੍ਰਾਰਥਨਾ ਕਰਤਾ ਕਿ ਹੇ ਮਾਲਿਕ, ਹੇ ਸਤਿਗੁਰੂ, ਮੁਝੇ ਬਾਹਰ ਨਿਕਾਲ ਔਰ ਇਸ ਪ੍ਰਕਾਰ ਜੋ ਹੈ ਸੰਸਾਰ ਆਕਰ ਦਿਲੋ ਉਲਟੇ ਸੀਨੇ ਕਾਮ ਕਰਨੇ ਲੱਗ ਜਾਤਾ ਹੈ। ਭਗਵਾਨ ਕਹਿੰਦੇ ਆਪਣੇ ਜਨਮ ਕੋ ਯਾਦ ਕਰ, ਜਨਮ ਕੇ ਵੇਲੇ ਤੁਝੇ ਕਿਤਨੇ ਦੁੱਖ ਮਿਲੇ, ਕਿਤਨੇ ਕਸ਼ਟ ਮਿਲੇ, ਇਸ ਲਈ ਐਸਾ ਕੋਈ ਜਨਮ ਜਨਮ ਮੁਨੀ ਜਤਨ ਕਰਾਹੀ
जन्म जन्म मुनि जतन कराही अंतराम कहीं आवत नाही अंतराम कहीं आवत नाही। देव बाबू ने मुझे बताया था कि जब पिताजी का अंतिम समय आ गया तब उनको राम शब्द अर्थात उनको तत्व ज्ञान हो गया था कि मेरी मृत्यु नजदीक है, ये होने वाला है, सब पता लग गया था। ऐसे थे कि भगवान को खुद आना पड़ा। हम उन लोगों ने जो अब तक करा सब भूल जाओ, जो करा तो हो गया, अब ऐसे करनी करो कि भगवान भी हमारे को इतना तो करना स्वामी जब ये प्राण तन से निकले गोविंद नाम लेकर प्राण तन से निकले। ये संतों की शरण में रहने वालों को होता है कि और व्यक्ति को माँ बाप के कभी भी उपकार नहीं भुलाने चाहिए। दो शब्दों के बाद मैं पुनः अपनी वाणी को विराम दूंगा कि भूलो मगर माँ बाप को मत भूलना, उपकार इनके लाखों है इस बात को मत भूलना, उपकार इनके लाखों है इस बात को मत भूलना। हमारे माँ बाप उन बच्चों से जाके पूछो इनके नाम माँ बाप होते हैं उनका दिल कैसा होता होगा। हम तो बहुत भाग्यशाली हैं, मैं तो कहता हूँ जी आप बहुत भाग्यशाली हो कि आपने अंत समय में अपने पिताजी की गोवर्धन जी आपने अंत समय में पिताजी की जो सेवा करी है ना, आज उसका परिणाम है कि इतने व्यक्ति यहाँ सभागार में हैं और वो मोक्ष प्राप्त होंगे। मैं अपने आश्रम की ओर से श्री गरीबदास परमानंद आश्रम के द्वार की ओर से परमात्मा से प्रार्थना करूंगा कि भगवान जी गुरु को सैनिक की उन्हें शक्ति प्रदान करें अपने मुझे गुरुदेव की तरफ से भी और परमात्मा में अपने चरणों में स्थान दें। ओम शांति शांति। भगवान जी ने श्री ब्रह्मानंद जी ने महाग्रंथ की उपस्थिति के विच महाग्रंथी के चरण धारणा के विच चरण पदों के विच बैठी हुई समुची सत्संग जी मखुन वासी वीर भरा भैणा बीबिया मातावां ते बाहरों आईया हुई समुचियां रिश्तेदारियां दोस्तियां ਅਤੇ ਇਸ ਪਰਿਵਾਰ ਨਾਲ ਜੁੜੀਆਂ ਹੋਈਆਂ ਸ਼ਖਸੀਅਤਾਂ ਦਾ ਬਹੁਤ ਜ਼ਿਆਦਾ ਧੰਨਵਾਦ ਹੈ।
ਮੇਰੀ ਬੇਨਤੀ ਹੈ ਕਿ ਜੇ ਬਾਅਦ ਸਾਡੇ ਕੋਈ ਸੱਜਣ ਹੈਗੇ ਨੇ ਬੱਚਿਆਂ ਨੂੰ ਥੋੜ੍ਹਾ ਜਿਹਾ ਚੁੱਪ ਕਰਾ ਦਿਓ, ਬਹੁਤ ਜ਼ਿਆਦਾ ਸਮਾਂ ਨਹੀਂ ਲੈਣਾ। ਸਿਰਫ ਮੱਖੂ ਦੇ ਹੀ ਨਹੀਂ ਸਗੋਂ ਸਮੁੱਚੇ ਇਲਾਕੇ ਦੀ ਮਾਣ ਮੱਤੀ ਸ਼ਖਸੀਅਤ, ਮਾਣ ਯੋਗ ਸ਼ਖਸੀਅਤ ਡਾਕਟਰ ਪਰਸ਼ੋਤਮ ਲਾਲ ਜੀ ਦੀ ਸ਼ਰਮਾ ਜੀ ਦੇ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਈ ਹੈ। ਸਮੁੱਚੀ ਸ਼ਾਸਕ ਜੀ ਸ਼ਾਂਤੀ ਦਾ ਦਾਨ ਦੇਣਾ। ਲੰਮਾ ਸਮਾਂ ਨਹੀਂ ਲੈਣਾ, ਕਿਉਂਕਿ ਲੰਮਾ ਸਮਾਂ ਲਵਾਂਗੇ ਅਤੇ ਇਸ ਪਰਿਵਾਰ ਦੇ ਨਾਲ ਜੁੜੇ ਹੋਏ ਲੋਕਾਂ ਦੀ ਗਿਣਤੀ ਜਿਹੜੀ ਬਹੁਤ ਲੰਬੀ ਹੈ, ਖਾਸ ਕਰਕੇ ਦੇਵ ਸ਼ਰਮਾ ਜੀ, ਡਾਕਟਰ ਸਾਹਿਬ ਦੇ ਸਪੁੱਤਰ ਗੋਵਰਧਨ ਸ਼ਰਮਾ ਜੀ, ਡਾਕਟਰ ਸਾਹਿਬ ਦੇ ਛੋਟੇ ਸਪੁੱਤਰ, ਇਹਨਾਂ ਦੇ ਨਾਲ ਜੁੜੇ ਹੋਏ ਲੋਕ, ਇਹਨਾਂ ਦੀ ਸਿਆਸੀ ਧਾਰਨਾ ਦੇ ਨਾਲ ਜੁੜੇ ਹੋਏ ਲੋਕ, ਇਹਨਾਂ ਦੀ ਸਮਾਜਿਕ ਜਥੇਬੰਦੀਆਂ ਦੇ ਨਾਲ ਜੁੜੇ ਹੋਏ ਲੋਕ ਬਹੁਤ ਸਾਰੇ ਨੇ, ਔਰ ਬਹੁਤ ਹੀ ਸਾਨੂੰ ਸਾਰੀਆਂ ਜਿਹੜੇ ਸ਼ੋਕ ਮਤੇ ਆਏ ਨੇ ਇਹ ਸਾਰਿਆਂ ਨੂੰ ਅਸੀਂ ਪੜ੍ਹ ਕੇ ਸੁਣਾਵਾਂਗੇ ਅਤੇ ਇਸ ਗੱਲ ਦਾ ਸਮਾਂ ਰਾਤ ਨਹੀਂ ਦਿੰਦਾ। ਇਸ ਪਿੱਛੇ ਬਹੁਤ ਥੋੜ੍ਹੇ ਸਮੇਂ ਦੇ ਵਿੱਚ ਅਸੀਂ ਜੋ ਉਲੀਕਿਆ ਹੈ ਸਮਾਂ 12 ਵਜੇ ਤੋਂ ਲੈ ਕੇ 2 ਵਜੇ ਤੱਕ, ਉਦੋਂ ਤੱਕ ਹੀ ਕੰਮ ਨੂੰ ਸਮੇਟਣ ਦੀ ਕੋਸ਼ਿਸ਼ ਕਰਾਂਗੇ। ਸਾਡੇ ਇਸ ਸਮਾਗਮ ਦੀ ਜਿਹੜੀ ਪ੍ਰਧਾਨਗੀ, ਇਸ ਸਮਾਗਮ ਨੂੰ ਆਸ਼ੀਰਵਾਦ ਦੇਣ ਵਾਸਤੇ ਅਤੇ ਉਸ ਵਿਛੜੀ ਰੂਹ ਦੀ ਆਤਮਾ ਦੀ ਸ਼ਾਂਤੀ ਵਾਸਤੇ ਪ੍ਰਾਰਥਨਾ ਲਈ ਜੋ ਸਾਡੇ ਮਹਾਂਪੁਰਖ ਸਾਡੇ ਕੋਲ ਪਹੁੰਚੇ ਨੇ, ਮਹਾਰਾਜ ਸਵਾਮੀ ਯੋਗਿੰਦਰ ਨੰਦ ਜੀ ਸ਼ਾਸਤਰੀ, ਹਰਿਦੁਆਰ ਵਾਲੇ ਪ੍ਰਬੰਧਕ ਮੁਖੀ ਜਗਦੀਸ਼ ਆਸ਼ਰਮ ਖੜਖੜੀ ਹਰਿਦੁਆਰ, ਉਹਨਾਂ ਦੇ ਨਾਲ ਸਵਾਮੀ ਕੇਸ਼ਵਰ ਨੰਦ ਜੀ ਹਰਿਦੁਆਰ ਤੋਂ, ਸੰਤ ਗੋਪਾਲ ਦਾਸ ਜੀ ਜੌੜਾ, ਉਹ ਵੀ ਸਾਡੇ ਵਿੱਚ ਵਿਰਾਜਮਾਨ ਨੇ, ਆਸ਼ੀਰਵਾਦ ਦੇਣ ਵਾਸਤੇ ਆਏ ਨੇ। ਸੰਤ ਕੁਸ਼ਿੰਦਰਾ ਨਾਮ ਜੀ ਪੱਟੀ ਵਾਲੇ, ਪੰਡਿਤ ਸੀਆ ਰਾਮ ਜੀ, ਅਤੇ ਖਾਸ ਕਰਕੇ ਸਾਡੇ ਵਿੱਚ ਜਿਨ੍ਹਾਂ ਨੇ ਬਹੁਤ ਹੀ ਸੋਹਣਾ ਕੀਰਤਨ ਕਰਕੇ ਵਿਛੜੀ ਰੂਹ ਨੂੰ, ਵਿਛੜੀ ਆਤਮਾ ਨੂੰ ਸ਼ਾਂਤੀ ਵਾਸਤੇ ਪ੍ਰਾਰਥਨਾ ਕੀਤੀ ਨੇ। ਬਿੰਦੂ ਭਾਰਦਵਾਜ ਜੀ ਗੁਰੂ ਸਾਹਿਬ ਤੋਂ ਸਾਡੇ ਵਿਚਾਰ ਸਾਡੇ ਦਰਮਿਆਨ ਪਹੁੰਚੇ ਨੇ। ਤੋ ਸ਼ੋਕ ਸੰਦੇਸ਼ ਜਿਹਨਾਂ ਸੰਸਥਾਵਾਂ ਦੇ ਪਹੁੰਚੇ ਨੇ, ਧਾਰਮਿਕ ਜਥੇਬੰਦੀਆਂ ਮੱਖੂ ਦੀਆਂ, ਸ਼੍ਰੀ ਸਨਾਤਨ ਧਰਮ ਸਭਾ ਮੱਖੂ, ਸ਼੍ਰੀ ਦੁਰਗਾ ਭਜਨ ਮੰਡਲੀ ਮੱਖੂ, ਸ਼੍ਰੀ ਮਹਾਵੀਰ ਭਜਨ ਮੰਡਲੀ ਮੱਖੂ, ਸ਼੍ਰੀ ਬਾਲ ਦੁਰਗਾ ਭਜਨ ਮੰਡਲੀ ਮੱਖੂ, ਸ਼ਿਵ ਮੰਡਲੀ ਮੱਖੂ, ਸ਼ਿਵ ਸੈਨਾ ਮੱਖੂ, ਚਿਰਪੁਰਨੀ ਲੰਗਰ ਕਮੇਟੀ ਮੱਖੂ, ਮਹੀਨਾਵਾਰ ਬੱਸ ਸੇਵਾ ਸੰਸਥਾ ਮੱਖੂ, ਸ਼ਮਸ਼ਾਨ ਸੇਵਾ ਸੁਸਾਇਟੀ ਮੱਖੂ ਅਤੇ ਸ਼੍ਰੀ ਕ੍ਰਿਸ਼ਨਾ ਗਊਸ਼ਾਲਾ ਮੱਖੂ ਵੱਲੋਂ ਸ਼ੋਕ ਸੰਦੇਸ਼ ਭੇਜੇ ਗਏ ਨੇ। ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਅਤੇ ਨਾਲ ਹੀ ਰਕੇਸ਼ ਸ਼ਰਮਾ ਜੀ ਸਮਾਜ ਸੇਵੀ ਡੱਬ ਵਾਲੀ ਤੋਂ ਸ਼ੋਕ ਸੰਦੇਸ਼ ਆਇਆ, ਉਹਨਾਂ ਦਾ ਵੀ ਧੰਨਵਾਦ ਹੈ। ਰੇਖਾ ਰਾਣੀ ਜੀ ਮੰਡੀ ਡੱਬ ਵਾਲੀ ਤੋਂ, ਵਾਰਡ ਨੰਬਰ 17 ਨਗਰ ਪ੍ਰੀਸ਼ਦ, ਉਹਨਾਂ ਦਾ ਵੀ ਸ਼ੋਕ ਸੰਦੇਸ਼ ਆਇਆ ਹੈ। ਰਕੇਸ਼ ਸ਼ਰਮਾ ਜੀ ਦਾ ਸ਼ੋਕ ਸੰਦੇਸ਼ ਆਇਆ ਹੈ। ਇੱਕ ਮਨੋਜ ਕੁਮਾਰ ਜੀ ਸ਼ਰਮਾ, ਜੋਗਿੰਦਰ ਸ਼ਰਮਾ ਜੀ, ਉਹਨਾਂ ਵੱਲੋਂ ਸ਼ੋਕ ਸੰਦੇਸ਼ ਆਇਆ ਹੈ। ਪੰਜਾਬੀ ਸਾਹਿਤ ਕਲਾ ਮੰਚ ਜਿਨ੍ਹਾਂ ਦੇ ਪ੍ਰਧਾਨ ਜੀਵਨ ਸਿੰਘ ਜੀ ਹਾਣੀ ਅਤੇ ਜਨਰਲ ਸਕੱਤਰ ਦਰਸ਼ਨ ਲਾਲ ਜੀ ਸਖਦੇਵਾ, ਪੰਜਾਬੀ ਸਾਹਿਤ ਕਲਾ ਮੰਚ, ਉਹਨਾਂ ਵੱਲੋਂ ਸ਼ੋਕ ਸੰਦੇਸ਼ ਆਇਆ ਹੈ। ਅਤੇ ਇੱਕ ਸ਼ੋਕ ਸੰਦੇਸ਼ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਦਵਿੰਦਰ ਬਜਾਜ ਜੀ, ਉਹਨਾਂ ਵੱਲੋਂ ਸ਼ੋਕ ਸੰਦੇਸ਼ ਆਇਆ ਹੈ। ਭਾਰਤੀ ਜਨਤਾ ਪਾਰਟੀ ਮੰਡਲ ਮੱਖੂ ਤਹਿਸੀਲ ਜੀਰਾ, ਉਹਨਾਂ ਵੱਲੋਂ ਸ਼ੋਕ ਸੰਦੇਸ਼ ਆਇਆ। ਮੈਂ ਪਹਿਲਾਂ ਵੀ ਕਹਿ ਚੁੱਕਾ ਕਿ ਜੇ ਅਸੀਂ ਸਾਰੇ ਸ਼ੋਕ ਸੰਦੇਸ਼ ਭਰਾਂਗੇ
ਜਾਂ ਸਾਰੇ ਪੜ੍ਹਾਂਗੇ ਤਾਂ ਬਹੁਤ ਸਮਾਂ ਜ਼ਿਆਦਾ ਸਮਾਂ ਲੰਘ ਜਾਏਗਾ, ਇਸ ਵਿੱਚ ਸਮਾਂ ਇਜਾਜ਼ਤ ਨਹੀਂ ਦਿੰਦਾ। ਇਸ ਸ਼ੋਕ ਸਭਾ ਦੇ ਵਿੱਚ ਪਹੁੰਚੀਆਂ ਹੋਈਆਂ ਮਾਨਮਤੀਆਂ ਸ਼ਖਸੀਅਤਾਂ, ਮਾਨਮਤੇ ਲੋਕ ਜਿਹੜੇ ਨੇ ਸਾਡੇ ਪੰਜਾਬ ਦੇ ਪ੍ਰਧਾਨ BJP ਦੇ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਜੀ, ਉਹਨਾਂ ਵੱਲੋਂ ਵੀ ਸ਼ੋਕ ਸੰਦੇਸ਼ ਆਇਆ ਹੈ। ਉਹ ਦਿੱਲੀ ਮੀਟਿੰਗ ਦੇ ਹੁਣੇ ਮਤਲਬ ਦਿੱਲੀ ਤੋਂ ਫੋਨ ਆਇਆ ਉਹਨਾਂ ਦਾ। ਸਾਡੇ ਸਤਿਕਾਰਯੋਗ ਭਾਈ ਸਾਹਿਬ ਮਨਜੀਤ ਸਿੰਘ ਜੀ ਰਾਏ, ਮੈਂਬਰ ਘੱਟ ਗਿਣਤੀ ਕਮਿਸ਼ਨ ਭਾਰਤ ਸਰਕਾਰ, ਦਵਿੰਦਰ ਬਜਾਜ ਜੀ ਫਿਰੋਜ਼ਪੁਰ, ਜੁਗਰਾਜ ਸਿੰਘ ਜੀ ਜਨਰਲ ਸਕੱਤਰ ਕਿਸਾਨ ਮੋਰਚਾ, ਦਰਸ਼ਨ ਸਦੇਵਾ ਜੀ ਪ੍ਰਧਾਨ BJP ਮੰਡਲ ਮੱਖੂ, ਵਿੱਕੀ ਸੂਦ ਜੀ ਪ੍ਰਧਾਨ ਜੀਰਾ, ਜਸਪਾਲ ਸਿੰਘ ਜੀ ਮੰਡਲ BJP ਪ੍ਰਧਾਨ ਮੱਲਾਂਵਾਲਾ, ਭੀਮ ਸਿੰਘ ਜੀ ਵਾਈਸ ਪ੍ਰਧਾਨ BJP ਫਿਰੋਜ਼ਪੁਰ, ਗੁਰਬਚਨ ਸਿੰਘ ਜੀ ਚਾਂਕੇ ਵਾਈਸ ਪ੍ਰਧਾਨ BJP ਫਿਰੋਜ਼ਪੁਰ, ਡਾਕਟਰ ਰਾਜੀਵ ਹੂਜਾ ਜੀ, ਬਲਵੀਰ ਸਿੰਘ ਜੀ ਸਰਪੰਚ, ਕੁਲਦੀਪ ਦੁਖਰਾਲ ਜੀ ਵਿੱਕੀ ਪੈਟਰੋਲ ਪੰਪ ਵਾਲੇ, ਅਨਿਲ ਅਨੋਲਾ ਜੀ ਪ੍ਰਧਾਨ, ਤਲਵੰਡੀ ਦਲੇਰ ਸਿੰਘ ਜੀ ਇੰਸਪੈਕਟਰ ਬਿਜਲੀ ਬੋਰਡ ਮੱਖੂ, ਅਜੀਤ ਸਿੰਘ ਜੀ ਪ੍ਰਧਾਨ ਪਤੰਜਲੀ ਯੋਗ ਪੀਠ ਜ਼ਿਲ੍ਹਾ ਫਿਰੋਜ਼ਪੁਰ, ਸਾਡੇ ਸਤਿਕਾਰਯੋਗ ਬਜ਼ੁਰਗ ਦਰਵੇਸ਼ ਨੇਤਾ ਜਥੇਦਾਰ ਹਰੀ ਸਿੰਘ ਜੀ ਜੀਰਾ, ਸਾਬਕਾ ਮੰਤਰੀ ਉਹ ਵੀ ਸਾਡੇ ਵਿੱਚ ਵਿਰਾਜਮਾਨ ਨੇ, ਜਥੇਦਾਰ ਕਾਰਜ ਸਿੰਘ ਜੀ ਆਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਫਿਰੋਜ਼ਪੁਰ ਉਹ ਵੀ ਸਾਡੇ ਵਿੱਚ ਵਿਰਾਜਮਾਨ ਨੇ, ਵਰਿੰਦਰ ਠੁਕਰਾਲ ਜੀ ਸਾਬਕਾ ਪ੍ਰਧਾਨ ਨਗਰ ਕਮੇਟੀ ਮੱਖੂ, ਦਰਸ਼ਨ ਸਿੰਘ ਜੀ ਸਾਬਕਾ ਵਾਈਸ ਪ੍ਰਧਾਨ, ਸ਼ਮਸ਼ੇਰ ਸਿੰਘ ਜੀ ਲਹਿਰਾ ਵਾਈਸ ਚੇਅਰਮੈਨ ਮੱਖੂ, ਸ਼ਿਵ ਸਾਗਰ ਅਕਾਲੀ ਆਗੂ, ਬਲਵੀਰ ਸਿੰਘ ਜੀ ਲਹਿਰਾ ਪ੍ਰਧਾਨ ਪ੍ਰੈਸ ਕਲੱਬ ਮੱਖੂ, ਗੁਰਮੇਜ ਸਿੰਘ ਜੀ ਬਾਹਰ ਵਾਲੀ ਸੀਨੀਅਰ ਕਾਂਗਰਸੀ ਆਗੂ, ਵਿਜੇ ਸ਼ਰਮਾ ਜੀ ਸਾਬਕਾ ਪ੍ਰਧਾਨ BJP ਜ਼ਿਲ੍ਹਾ ਮੋਗਾ, ਡਾਕਟਰ ਇੰਦਰਜੀਤ ਸਿੰਘ ਜੀ ਸਾਬਕਾ ਪ੍ਰਧਾਨ ਮੱਖੂ, ਸ਼੍ਰੀ ਵਿਜੇ ਕਾਲੜਾ ਜੀ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ ਪੰਜਾਬ, ਗੋਪਾਲ ਦਾਸ ਜੀ ਸਡਾਣਾ ਸਾਬਕਾ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਮੱਖੂ, ਡਾਕਟਰ ਅਜਮੇਰ ਸਿੰਘ ਜੀ ਸਾਬਕਾ ਪ੍ਰਧਾਨ ਨਗਰ ਕਮੇਟੀ ਮੱਖੂ, ਮਹਿੰਦਰ ਮਰਾਨ ਜੀ ਪ੍ਰਧਾਨ ਨਗਰ ਕਮੇਟੀ ਮੱਖੂ, ਰੂਪਲਾਲ ਜੀ ਮੈਦਾਨ ਸਾਬਕਾ ਚੇਅਰਮੈਨ, ਡਾਕਟਰ ਸਤੀਸ਼ ਠੁਕਰਾਲ ਜੀ ਮੱਖੂ, ਡਾਕਟਰ ਰਵੀ ਹੂਜਾ ਜੀ, ਹਰਮੇਲ ਸਿੰਘ ਜੀ ਯੂਥ ਕਾਂਗਰਸੀ ਆਗੂ, ਸ਼ਿਵ ਸਾਗਰ ਸ਼ਰਮਾ ਜੀ, ਜਿਹੜੇ ਵੀ ਕੋਈ ਸੱਜਣ ਦਰਜਾ ਬਦਰਜਾ ਮੇਰੇ ਕੋਲ ਗਿਣਤੀ ਦੇ ਵਿੱਚ ਰਹਿ ਗਏ ਹੋਣਗੇ, ਮੈਂ ਮਾਫ਼ੀ ਚਾਹੁੰਦਾ। ਇੱਕ ਸ਼ੋਕ ਮਤਾ ਹੋਰ ਆਇਆ ਜੀ, ਬ੍ਰਾਹਮਣ ਸਭਾ ਵਜੀਦਪੁਰ ਫਿਰੋਜ਼ਪੁਰ ਤੋਂ, ਉਹਨਾਂ ਦਾ ਵੀ ਬਹੁਤ ਸਾਰਾ ਧੰਨਵਾਦ। ਮੈਂ ਇੱਕ ਗੱਲ ਦੀ ਮਾਫ਼ੀ ਪਹਿਲਾਂ ਮੰਗ ਲਵਾਂਗੇ, ਜਿੰਨੇ ਲੋਕ ਅੱਜ ਦੀ ਇਸ ਸ਼ੋਕ ਸਭਾ ਦੇ ਵਿੱਚ ਸ਼ਰੀਕ ਹੋਣ ਵਾਸਤੇ, ਸ਼ਾਮਲ ਹੋਣ ਵਾਸਤੇ ਇੱਥੇ ਪਹੁੰਚੇ ਨੇ, ਜੇ ਅਸੀਂ ਉਹਨਾਂ ਲੀਡਰ ਸਾਹਿਬਾਨ ਦਾ ਜਾਂ ਉਹਨਾਂ ਸਮਾਜ ਸੇਵੀ ਸੰਸਥਾਵਾਂ ਦਾ ਜਾਂ ਉਹਨਾਂ ਰਾਜਨੀਤਿਕ ਸੰਸਥਾਵਾਂ ਦਾ, ਧਾਰਮਿਕ ਸੰਸਥਾਵਾਂ ਦਾ ਅਸੀਂ ਨਾਂ ਲੈਣਾ ਸ਼ੁਰੂ ਕਰਾਂਗੇ ਤਾਂ ਸਮਾਂ ਬਹੁਤ ਜ਼ਿਆਦਾ ਲੰਘ ਜਾਏਗਾ। ਇਸ ਪਿੱਛੇ 2 ਵਜੇ ਤੱਕ ਅਸੀਂ ਕੰਮ ਨੂੰ ਚੁੱਕਤਾ ਕਰਨਾ, ਹਰ ਬੰਦਾ ਆਪਣੇ ਆਪਣੇ ਕੰਮ ਕਰ ਛੱਡ ਕੇ ਇਸ ਸਭਾ ਦੇ ਵਿੱਚ ਸ਼ਰੀਕ ਹੋਣ ਵਾਸਤੇ ਪਹੁੰਚਿਆ। ਇਸ ਪਿੱਛੇ ਜਿਨ੍ਹਾਂ ਦਾ ਕਿਤੇ ਨਾਂ ਭੁਲੇਖੇ ਨਾਲ ਨਾਂ ਵੀ ਲਿਆ ਜਾਵੇ ਤਾਂ ਕਿਰਪਾ ਕਰਕੇ ਉਹ ਬੁਰਾ ਨਾ ਮਨਾਉਣਾ। ਅੱਜ ਦੀ ਇਹ ਸਭਾ, ਮੈਂ ਉਸ ਮਾਨਮਤੀ ਸ਼ਖਸੀਅਤ ਦੀ ਗੱਲ ਕਰਨ ਜਾ ਰਿਹਾ ਜਿਸ ਨੇ 1945 ਦੇ ਵਿੱਚ ਪਾਕਿਸਤਾਨ ਦੇ ਵਿੱਚ ਪੰਡਿਤ ਮੋਹਨਲਾਲ ਸ਼ਰਮਾ ਜੀ ਦੇ ਘਰ ਮਾਤਾ ਬਿਮਲਾ ਜੀ ਦੇ ਭੁੱਖੋਂ ਜਨਮ ਲਿਆ ਅਤੇ 2.5 ਸਾਲ ਦੀ ਉਹਨਾਂ ਦੀ ਅਵਸਥਾ ਸੀ ਜਦੋਂ ਉਹ
ਇੰਡੀਆ ਦੇ ਵਿੱਚ ਆ ਕੇ ਲੜਾਈ ਤੋਂ ਵੰਡ ਤੋਂ ਬਾਅਦ ਉਹ ਹਿੰਦੁਸਤਾਨ ਦੇ ਵਿੱਚ ਪਹੁੰਚੇ ਅਤੇ ਮੈਟਰ ਕਰਨ ਤੋਂ ਬਾਅਦ ਉਹਨਾਂ ਨੇ ਆਯੁਰਵੈਦਿਕ ਦੇ ਵਿੱਚ ਬਹੁਤ ਸਾਰੀ ਵਿੱਦਿਆ ਪ੍ਰਾਪਤ ਕੀਤੀ ਔਰ ਖਾਸ ਕਰਕੇ ਜਿਹੜੀ ਉਹਨਾਂ ਨੇ ਪੰਡਿਤਾਈ ਹਾਸਿਲ ਕੀਤੀ ਔਰ ਸਾਡੇ ਸਤਿਕਾਰਯੋਗ ਸ਼ਖਸੀਅਤ ਸਵਾਮੀ ਸ਼ਾਂਤਾਨੰਦ ਜੀ ਮਹਾਰਾਜ ਸ਼ਾਸਤਰੀ ਹਰਿਦੁਆਰ ਉਹਨਾਂ ਦੀ ਸੰਗਤ ਦੇ ਵਿੱਚ ਰਹਿ ਕੇ ਪੰਡਿਤ ਜੀ ਨੇ ਬਹੁਤ ਹੀ ਲੋਕ ਸੇਵਾ ਲੋਕ ਭਲਾਈ ਦੇ ਕੰਮ ਕੀਤੇ ਔਰ ਕੋਈ ਧਾਰਮਿਕ ਗਤੀਆਂ ਦੇ ਵਿੱਚ ਬਹੁਤ ਸਾਰਾ ਹਿੱਸਾ ਲਿਆ। ਕੋਈ ਵੀ ਬੱਖੂ ਦੀ ਜਾਂ ਇਲਾਕੇ ਦੀ ਧਾਰਮਿਕ ਸੰਸਥਾ ਇਹੋ ਜਿਹੀ ਨਹੀਂ ਜਿਹਦੇ ਵਿੱਚ ਮਹਾਰਾਜ ਜੀ ਪੰਡਿਤ ਪੁਰਸ਼ੋਤਮ ਲਾਲ ਜੀ ਦਾ ਨਾਮ ਨਾ ਲਿਆ ਜਾਂਦਾ ਹੋਵੇ। ਇਹ ਮੋਰਲੀਆਂ ਕਤਾਰਾਂ ਦੇ ਵਿੱਚ ਆਉਣ ਵਾਲੇ ਸਨ। ਸ਼੍ਰੀ ਦੁਰਗਾ ਭਜਨ ਮੰਡਲੀ ਦੇ ਸੰਸਥਾਪਕ ਵੀ ਰਹੇ, ਪ੍ਰਧਾਨ ਵੀ ਰਹੇ, ਬਹੁਤ ਸਾਰੀ ਇਹਨਾਂ ਨੇ ਸੇਵਾ ਕੀਤੀ। ਸਨਾਤਨ ਧਰਮ ਸਭਾ ਦੇ ਬਹੁਤ ਦੇਰ ਪ੍ਰਧਾਨ ਰਹੇ, ਰਾਮਲੀਲਾ ਰਾਮਾ ਡਰਾਮਾਟਿਕ ਕਲੱਬ ਦੇ ਬਹੁਤ ਦੇਰ ਇਹਨਾਂ ਨੇ ਸੇਵਾ ਕੀਤੀ ਔਰ ਜਦੋਂ ਇਹਨਾਂ ਨੇ ਸੇਵਾ ਛੱਡੀ ਲਗਭਗ ਕਲੱਬ ਨੇ ਉਸ ਤੋਂ ਬਾਅਦ ਕੰਮ ਕਰਨਾ ਹੀ ਬੰਦ ਕਰ ਦਿੱਤਾ। ਇਹ ਬੜੀ ਹਿੰਮਤ ਦੇ ਨਾਲ ਕਲੱਬ ਨੂੰ ਚਲਾਈ ਗਏ। ਤੋ ਸਨਾਤਨ ਸ਼ਰਮਾ ਦੇ ਪ੍ਰਧਾਨ ਦੇ ਰਹਿਣ ਦੇ ਨਾਲ ਨਾਲ ਇਹਨਾਂ ਨੇ ਕਿਸੇ ਵੀ ਸ਼ੋਭਾ ਯਾਤਰਾ ਦੇ ਵਿੱਚ, ਕਿਸੇ ਵੀ ਜਾਗਰਣ ਦੇ ਵਿੱਚ ਜਾਂ ਕਿਸੇ ਲੰਗਰ ਦੇ ਵਿੱਚ, ਗਊਸ਼ਾਲਾ ਕਮੇਟੀ ਦੇ ਵਿੱਚ ਆਪਣੀ ਸੇਵਾ ਹਰ ਥਾਂ 'ਤੇ ਇਹ ਪਾਉਂਦੇ ਰਹੇ। ਇਹਨਾਂ ਦੀ ਔਲਾਦ ਦੇ ਵਿੱਚ, ਇਹਨਾਂ ਦੀ ਕਰਮਯੋਗੀ ਔਲਾਦ ਦੇ ਵਿੱਚ ਦੇਵ ਸ਼ਰਮਾ ਜੀ, ਜਿਨ੍ਹਾਂ ਨੇ ਆਪਣੀ ਡਿਜੀਟਲ ਲੈਬ ਦੇ ਨਾਲ ਨਾਲ ਜਗਰਾਤੇ ਲਾਈਨ ਦੇ ਵਿੱਚ ਬਹੁਤ ਨਾਮ ਨਾ ਅਤੇ ਪ੍ਰਸਿੱਧੀ ਕੱਢੀ ਔਰ ਮਹਾਰਾਣੀ ਤਾਰਾਵਤੀ ਦੀ ਕਥਾ ਰਿਕਾਰਡ ਕਰਾ ਕੇ ਕੈਸਟ ਜਿਹੜੀ ਹੈ ਲੋਕਾਂ ਦੀ ਝੋਲੀ ਦੇ ਵਿੱਚ ਪਾਈ। ਅੱਜ ਵੀ ਉਹ ਮੰਡੀ ਘਰਾਣੇ ਦੀ ਇੱਕ ਮਾਨਮਤੀ ਸ਼ਖਸੀਅਤ ਦੇ ਨਾਲ ਜਾਣੇ ਜਾਂਦੇ ਆ ਔਰ ਮੰਡੀ ਘਰਾਣੇ ਦੇ ਸੰਪੂਰਨ ਮਹੰਤਾਂ ਦੇ ਵਿੱਚ ਉਹਨਾਂ ਦੇ ਪਹਿਲਿਆਂ 'ਚੋਂ ਪਹਿਲੀ ਕਤਾਰ ਦੇ ਵਿੱਚ ਗਿਣਤੀ ਆਉਂਦੀ ਹੈ। ਉਹਨਾਂ ਦੇ ਛੋਟੇ ਸਪੁੱਤਰ ਗੁਰਧਨ ਸ਼ਰਮਾ ਜੀ ਡਾਕਟਰੀ ਪ੍ਰੈਕਟਿਸ ਦੇ ਵਿੱਚ, ਪਿਤਾ ਪੁਰਖੀ ਧੰਦੇ ਦੇ ਵਿੱਚ ਆਪਣਾ ਪੂਰਾ ਨਾਮ ਨਾਲ ਖੱਟ ਚੁੱਕੇ ਔਰ ਲੋਕਾਂ ਦੀ ਸੇਵਾ ਕਰ ਰਹੇ ਹੈ। ਤੋ ਮੈਂ ਸਮੇਂ ਨੂੰ ਧਿਆਨ ਦੇ ਵਿੱਚ ਬਹੁਤ ਜ਼ਿਆਦਾ ਰੱਖਿਆ। ਨਰੇਸ਼ ਕਟਾਰੀਆ ਜੀ ਥੋੜ੍ਹੀ ਦੇਰ ਬਾਅਦ ਉਹਨਾਂ ਦਾ ਨਾਮ ਮਿਲ ਕੇ ਪਹੁੰਚਿਆ, ਉਹ ਵੀ ਮੇਰੇ ਕੋਲ ਵਿਰਾਜਮਾਨ ਨੇ ਨਰੇਸ਼ ਕਟਾਰੀਆ ਜੀ। ਪ੍ਰੀਤਮ ਸਿੰਘ ਜੀ ਉਹ ਵੀ ਮੇਰੇ ਕੋਲ ਆਏ ਨੇ, ਮਹਿੰਦਰ ਮਦਾਨ ਜੀ ਉਹ ਵੀ ਪਹੁੰਚ ਚੁੱਕੇ ਨੇ। ਜਿਹੜੇ ਸੱਜਣ ਵੀ ਮੇਰੇ ਕੋਲ ਨਾਮ ਰਹਿ ਜਾਣਗੇ ਮੈਂ ਨਾ ਲੈ ਸਕਾਂ, ਮਾਫ਼ੀ ਚਾਹੁੰਦਾ। ਅਤੇ ਮੈਂ ਜ਼ਿਆਦਾ ਬੁਲਾਰੇ ਨਹੀਂ ਬੁਲਾਉਣੇ ਕਿਉਂਕਿ ਅਜੇ ਥੋੜ੍ਹਾ ਜਿਹਾ ਪਾਠ ਬਾਕੀ ਹੈ, ਉਸ ਤੋਂ ਬਾਅਦ ਆਰਤੀ ਬਾਕੀ ਹੈ। ਇਸ ਪਿੱਛੇ ਮੈਂ ਵੀ ਜ਼ਿਆਦਾ ਸਮਾਂ ਨਹੀਂ ਲੈਣਾ, ਇਸ ਪਰਿਵਾਰ ਬਾਰੇ ਜ਼ਿਆਦਾ ਦੱਸਣਾ ਉਹ ਵੀ ਦੀਵੇ ਨੂੰ ਚਾਨਣਾ ਵਿਖਾਉਣ ਵਾਲੀ ਗੱਲ ਹੈ। ਇਸ ਪਰਿਵਾਰ ਨੂੰ ਬੱਖੂ ਇਲਾਕਾ ਕੀ ਸੰਪੂਰਨ ਪੰਜਾਬ ਜਾਣਦਾ ਹੈ ਕਿ ਇਸ ਪਰਿਵਾਰ ਨੇ ਧਾਰਮਿਕ ਗਤੀਵਿਧੀਆਂ ਦੇ ਵਿੱਚ ਕਿੰਨਾ ਕੁ ਹਿੱਸਾ ਲਿਆ। ਔਰ ਡਾਕਟਰ ਪੁਰਸ਼ੋਤਮ ਲਾਲ ਜੀ ਸ਼ਰਮਾ ਜਨਮ ਜੜ ਤੋਂ ਹੀ ਕਦੇ ਵੀ ਸਿਆਸਤ ਦੇ ਵਿੱਚ ਨਹੀਂ ਚੱਲੇ, ਕਦੇ ਵੀ ਇਹਨਾਂ ਦਾ ਸਿਆਸਤ ਦੇ ਵਿੱਚ ਪੈਰ ਨਹੀਂ ਲਿਆ, ਧਾਰਮਿਕ ਪ੍ਰਵਿਰਤੀਆਂ ਦੇ ਨਾਲ ਹੀ ਜੁੜੇ ਰਹੇ ਔਰ ਸਾਰੀ ਉਮਰ ਹੀ ਧਾਰਮਿਕ ਪ੍ਰਵਿਰਤੀਆਂ ਦੇ ਨਾਲ ਚੱਲਦੇ ਹੋਏ ਲੋਕਾਂ ਨੂੰ ਆਪਣੇ ਨਾਲ ਜੋੜੀ ਰੱਖਿਆ, ਲੋਕਾਂ ਨੂੰ ਆਪਣੇ ਮਗਰ ਲਾਈ ਰੱਖਿਆ। ਅੱਜ ਵੀ ਸ਼ਾਮ ਨੂੰ ਜਦ ਸੈਰ ਕਰਨ ਵਾਸਤੇ ਅਸੀਂ ਸ਼ਮਸ਼ਾਨ ਘਾਟ ਵਾਲੀ ਰੋਡ 'ਤੇ ਜਾਂਦੇ ਹਾਂ ਅਤੇ ਸਾਨੂੰ ਉਸ ਮਾਨਮਤੀ ਸ਼ਖਸੀਅਤ ਦੇ ਝੌਲੇ ਪੈਂਦੇ ਹੈ, ਕੇਸਰੀ ਰੰਗ ਦੀ ਧੋਤੀ ਅਤੇ ਕੇਸਰੀ ਰੰਗ ਦੀ ਕੁੜਤੀ ਪਾਈ, ਇੱਕ ਦੇਵ ਰੂਪੀ
ਬ੍ਰਹਮ ਰੂਪੀ ਪੰਡਿਤ ਜਦੋਂ ਆਉਂਦੇ ਦਿਖਾਈ ਦਿੰਦੇ, ਮੱਥੇ 'ਤੇ ਤਿਲਕ ਦਿਖਾਈ ਦਿੰਦਾ ਸਾਨੂੰ, ਅੱਜ ਵੀ ਇਉਂ ਲੱਗਦਾ ਕਿ ਡਾਕਟਰ ਸਾਹਿਬ ਸਾਡੇ ਵਿੱਚ ਨੇ, ਸਾਡੇ ਤੋਂ ਅਲੱਗਦਾ ਨਹੀਂ ਹੋਏ। ਅਸੀਂ ਚਾਹੁੰਦੇ ਹਾਂ ਕਿ ਪੁਰਸ਼ੋਤਮ ਲਾਲ ਜੀ ਸ਼ਰਮਾ ਮਹਾਰਾਣੀ ਭਗਵਾਨ ਸ਼੍ਰੀ ਰਾਮ ਜੀ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ, ਚਰਨਾਂ ਦੇ ਵਿੱਚ ਥਾਂ ਦੇਣ, ਔਰ ਮੱਖੂ ਦੇ ਉੱਪਰ ਉਹ ਇਸੇ ਤਰ੍ਹਾਂ ਹੀ ਆਪਣੀ ਨਜ਼ਰ ਬਣਾਈ ਰੱਖਣ, ਸਵਰਗਾਂ ਦੇ ਵਿੱਚ ਬੈਠੇ ਸਵਰਗਾਂ ਦੇ ਵਿੱਚੋਂ ਆਸ਼ੀਰਵਾਦ ਦਿੰਦੇ ਰਹਿਣ। ਮੈਂ ਇੱਕ ਦੋ ਬੁਲਾਰੇ ਜੀ ਬੁਲਾਉਣੇ, ਸਾਡੇ ਪ੍ਰਮੁੱਖ ਬੁਲਾਰੇ ਜਿਹੜੇ ਉਹ ਹੈ ਨੇ ਸ਼੍ਰੀ ਮਨਜੀਤ ਸਿੰਘ ਜੀ ਰਾਏ, ਜਿਹੜੇ ਕਿ ਕੌਮੀ ਨੇਤਾ ਨੇ ਔਰ ਹਿੰਦੁਸਤਾਨ ਦੀ ਲੀਡਰਸ਼ਿਪ ਦੇ ਵਿੱਚ ਇੱਕ ਪੰਜਾਬ ਦਾ ਇੱਕੋ ਇੱਕ ਸਿੱਖ ਹੈ ਜਿਹਨੇ ਮਨਜੀਤ ਸਿੰਘ ਜੀ ਰਾਏ ਮੈਂਬਰ ਘੱਟ ਗਿਣਤੀ ਕਮਿਸ਼ਨ ਭਾਰਤ ਸਰਕਾਰ, ਉਹ ਸਾਡੇ ਵਿੱਚ ਬਿਰਾਜਮਾਨ ਨੇ। ਮੈਂ ਚਾਹਾਂਗਾ ਕਿ ਮੰਚ 'ਤੇ ਆ ਕੇ ਵਿਛੜੀ ਆਤਮਾ ਦੀ ਸ਼ਾਂਤੀ ਵਾਸਤੇ ਪ੍ਰਾਰਥਨਾ ਕਰ। ਮਨਜੀਤ ਸਿੰਘ ਜੀ ਰਾਏ ਜੋ ਸ਼੍ਰੀ ਪੁਰਸ਼ੋਤਮ ਲਾਲ ਸ਼ਰਮਾ ਜੀ ਜਿਹਦੀ ਅੱਜ ਅੰਤਮ ਅਰਦਾਸ ਮੌਕੇ ਜੁੜ ਬੈਠੀ ਸਤ ਸਿੰਘ ਜੀ ਗੱਲ ਕੇ, ਜੋ ਆਇਆ ਸੋ ਚੱਲ ਸੀ ਸਭ ਤੋਂ ਆਏਗਾ। ਜਿਹੜਾ ਇਨਸਾਨ ਇਸ ਮਹਾਤਮਕ ਵਿੱਚ ਆਇਆ ਉਸਨੇ ਜਾਣਾ, ਲੇਕਿਨ ਸਾਡੇ ਸਤਿਕਾਰਯੋਗ ਪੁਰਸ਼ੋਤਮ ਲਾਲ ਜੀ ਜਿਨ੍ਹਾਂ ਨੇ ਇਸ ਮਹਾਤਮਕ ਦੇ ਵਿੱਚ 75 ਸਾਲ ਆਪਣੇ ਇਸ ਸਮਾਜ ਨੂੰ ਜੀਵਨ, ਇਸ ਸਮਾਜ ਨੂੰ ਆਪਣੇ ਸੰਪੂਰਨਤਾ ਦੇ ਨਾਲ, ਚਾਹੇ ਧਾਰਮਿਕ ਤੌਰ 'ਤੇ, ਚਾਹੇ ਉਹਨਾਂ ਦੇ ਰਾਜਨੀਤਿਕ ਤੌਰ 'ਤੇ ਆਪਦਾ ਨਹੀਂ, ਲੇਕਿਨ ਸਾਨੂੰ ਆਪਣਾ ਇੱਕ ਬੇਟਾ ਦਿੱਤਾ ਦੇਵ ਸ਼ਰਮਾ ਜੀ, ਔਰ ਛੋਟਾ ਬੱਚਾ ਜਿਹੜਾ ਸਾਡਾ ਵੀਰ ਗੁਰਦੇਵ ਸ਼ਰਮਾ ਜੀ। ਮੈਂ ਸਮਝਦਾ ਕਿ ਜਿਹੜੇ ਮਾਂ ਬਾਪ ਦਾ ਸ਼੍ਰੀ ਪੁਰਸ਼ੋਤਮ ਲਾਲ ਸ਼ਰਮਾ ਜੀ ਦਾ ਜਿਹੜਾ ਉਹਨਾਂ ਦਾ ਕੰਮ ਦਾ ਢੰਗ ਸੀ, ਉਹ ਪੂਰੇ ਦਾ ਪੂਰਾ ਜਿਹੜਾ ਜਿਸ ਤਰ੍ਹਾਂ ਉਹਨਾਂ ਨੇ ਧਾਰਮਿਕ ਪ੍ਰਵਿਰਤੀ ਦੇ ਵਿੱਚ ਰਹਿੰਦਿਆਂ ਹੋਇਆਂ ਇਸ ਇਲਾਕੇ ਦੀ ਸੇਵਾ ਕੀਤੀ, ਉਸੇ ਤਰ੍ਹਾਂ ਹੀ ਸਾਡੇ ਦੇਵ ਜੀ ਇਸ ਵੇਲੇ ਉਹ ਇੱਕ ਕਦਮ ਅੱਗੇ ਵਧੇ, ਕਿਉਂਕਿ ਸਾਡੇ ਪੂਜਨੀਕ ਪਿਤਾ ਜੀ ਪੁਰਸ਼ੋਤਮ ਲਾਲ ਸ਼ਰਮਾ ਜੀ ਕੇਵਲ ਸਮਾਜਿਕ ਔਰ ਧਾਰਮਿਕ ਪ੍ਰਵਿਰਤੀਆਂ ਦੇ ਵਿੱਚ ਸ਼ਾਮਲ ਰਹੇ, ਦੇਵ ਜੀ ਉਸ ਤੋਂ ਅੱਗੇ ਇਹ ਦੋਵੇਂ ਕਦਮ ਪੜਦੇ ਹੋਏ ਤੀਸਰਾ ਕਦਮ ਉਹਨਾਂ ਨੇ ਰਾਜਨੀਤਿਕ ਦੇ ਵਿੱਚ ਸਾਡੇ ਨਾਲ ਭਾਰਤੀ ਜਨਤਾ ਪਾਰਟੀ ਦੇ ਵਿੱਚ ਬਹੁਤ ਲੰਬੇ ਸਮੇਂ ਤੋਂ ਕੰਮ ਕਰ ਰਹੇ ਨੇ। ਕਿਉਂਕਿ ਇਨਸਾਨ ਕੇਵਲ ਜੀਵਨ ਬਸਰ ਕਰਨ ਵਾਸਤੇ ਨਹੀਂ ਆਉਂਦਾ ਕਿ ਇਹ ਸਰੀਰ ਮਿਲਿਆ ਹੈ, ਆਪਾਂ ਰੋਜ਼ ਪੜ੍ਹਦੇ ਕਿਸ ਕਿਸ ਮਕਸਦ ਲਈ ਆਏ ਭਾਈ ਪ੍ਰਾਪਤ ਮਾਨੋਗ ਦੇਹਰੀਆ ਗੋਬਿੰਦ ਮਿਲ ਗਏ ਤੇਰੀ ਦਰੀਆ ਅਵਰ ਕਾਜ ਤੇ ਕਿਤੇ ਨਕਾਮ ਮਿਲ ਸਾਧ ਸੰਗਤ ਭੱਜ ਕੇਵਲ। ਪੂਜਨੀਕ ਸਵਾਮੀ ਜੀ ਨੇ ਬੜੇ ਸਹੀ ਸ਼ਬਦਾਂ ਦੇ ਵਿੱਚ ਕਿਹਾ ਹੈ ਕਿ ਪੁਰਸ਼ੋਤਮ ਲਾਲ ਸ਼ਰਮਾ ਜੀ ਜਿਹੜੇ ਸਾਡੇ ਪੂਜਨੀਕ ਪਿਤਾ ਜੀ ਦੇਵ ਸ਼ਰਮਾ ਜੀ ਦੇ ਔਰ ਗੁਰਦੇਵ ਸ਼ਰਮਾ ਜੀ ਦੇ ਸਾਡੇ ਵੀ ਦੇ ਸਮਾਨ ਨੇ, ਉਹਨਾਂ ਇਸ ਮਹਾਤਮਾ ਵਿੱਚ ਰਹਿੰਦਿਆਂ ਹੋਇਆ ਸਾਕਸ਼ਾਤ ਆਪਣੇ ਨੂੰ, ਕਿਉਂਕਿ ਹਰ ਹਰ ਜਨ ਜੋ ਏਕ ਹੈ ਵਿਚਾਰ ਕਿਸ਼ਨ ਹੈ, ਹਰ ਕਾ ਸੇਵਕ ਹਰ ਹੀ ਕੇ ਆ, ਕਿ ਆਪਣੇ ਆਪ ਨੂੰ ਪਰਮੇਸ਼ੁਰ ਦੇ ਨਾਲ ਪਰਮੇਸ਼ੁਰ ਕਰ ਲੈਣਾ, ਸਾਕਸ਼ਾਤ ਕਰ ਲੈਣਾ,
ਮੈਂ ਸਮਝਦਾ ਕਿ ਇਹ ਅਤਕਥਨੀ ਨਹੀਂ ਹੋਏਗੀ ਕਿ ਉਹ ਅੱਜ ਵਾਕਿਆ ਹੀ ਸਵਰਗਾਂ ਦੇ ਵਿੱਚ ਹੈ ਔਰ ਇਹੋ ਜਿਹੀ ਦੇਵ ਆਤਮਾ ਪੂਜਨਿਕ ਆਤਮਾ 100% ਮੈਂ ਦਾਅਵੇ ਨਾਲ ਕਹਿ ਸਕਦਾ ਕਿ ਉਸ ਨੂੰ ਸਵਰਗ ਲੋਕ ਦੇ ਵਿੱਚ ਸਥਾਨ ਮਿਲਦਾ ਹੀ ਮਿਲਦਾ ਹੈ ਜਿਨ੍ਹਾਂ ਨੇ ਇਸ ਜੀਵਨ ਕਾਲ ਦੇ ਵਿੱਚ ਰਹਿੰਦਿਆਂ ਹੋਇਆ ਇਸ ਮਾਤਮਾ ਦੇ ਵਿੱਚ ਰਹਿੰਦਿਆਂ ਹੋਇਆ ਆਪਣੇ ਆਪ ਕਿਉਂਕਿ ਜੈਸੇ ਜਮੇ ਕਮਲ ਨਿਰਾਲ ਜਿਸ ਤਰ੍ਹਾਂ ਕਮਲ ਦਾ ਫੁੱਲ ਚਿੱਕੜ ਦੇ ਵਿੱਚ ਉੱਗਦਾ ਹੈ ਜੈਸੇ ਜਮੇ ਕਮਲ ਨਿਰਾਲ ਮੁਰਗਾ ਇੰਨੇ ਸਿਆਣੇ ਮੁਰਗਾ ਵੀ ਸਿੱਧੀ ਪਾਣੀ ਵਿੱਚ ਬਹਿੰਦੀ ਹੈ ਕਹਿੰਦੇ ਸਰ ਸੁਰਤ ਸ਼ਬਦ ਭਾਵ ਸਾਗਰ ਕਰੀਏ ਨਾਨਕ ਨਾਮ ਔਰ ਸੁਰਤ ਦੇ ਸ਼ਬਦ ਦਾ ਸੁਮੇਲ ਕਰਦੇ ਹੋਏ ਉਹਨਾਂ ਨੇ ਸਾਕਸ਼ਾਤ ਆਪਣੇ ਆਪ ਨੂੰ ਉਸ ਪਰਮ ਪਿਤਾ ਪਰਮਾਤਮਾ ਦੇ ਨਾਲ ਢਾਲ ਲਿਆ ਔਰ ਬੱਚਿਆਂ ਦੀ ਸਮਾਜ ਦੇ ਵਿੱਚ ਇਸ ਲਾਇਕ ਬਣਾਇਆ ਇਸ ਯੋਗ ਬਣਾਇਆ ਕਿ ਉਹਨਾਂ ਦਾ ਨਾਮ ਇਹ ਜਿਹੜਾ ਅੱਜ ਪੂਰੇ ਇਸ ਇਲਾਕੇ ਦੇ ਵਿੱਚ ਨਹੀਂ ਪੂਰੇ ਪੰਜਾਬ ਦੇ ਵਿੱਚ ਗੂੰਜ ਰਿਹਾ ਹੈ ਮੈਂ ਸਮਝਦਾ ਲੇਕਿਨ ਮੌਤ ਇੱਕ ਅਟਲ ਸੱਚ ਹੈ ਸਹਿਬ ਸਿੰਘ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨੇ ਆਪਣੇ ਨਿੱਜਵਰਤੀ ਸਾਥੀਆਂ ਪੁੱਛਿਆ ਸੀ ਤੁਸੀਂ ਮੌਤ ਨੂੰ ਆਪਣੇ ਆਪ ਤੋਂ ਕਿੰਨੀ ਦੂਰ ਸਮਝਦੇ ਹੋ ਭਾਈ ਮਰਦਾਨਾ ਜੀ ਕਹਿਣ ਲੱਗੇ ਪਾਤਸ਼ਾਹ ਮੈਂ ਇੱਕ ਦਿਨ ਦਾ ਭਰੋਸਾ ਰੱਖਦਾ ਇੱਕ ਭਾਈ ਬਾਬਾ ਜੀ ਨੂੰ ਪੁੱਛਿਆ ਤੁਸੀਂ ਦੱਸੋ ਕਹਿੰਦੇ ਪਾਤਸ਼ਾਹ ਮੈਂ ਇੱਕ ਘੜੀ ਦਾ ਭਰੋਸਾ ਰੱਖਦਾ ਇੱਕ ਘੜੀ 24 ਮਿੰਟ ਤਾਂ ਗੁਰੂ ਸਾਹਿਬ ਦੇ ਉੱਤੇ ਸ਼ਬਦ ਜਾ ਰਿਹਾ ਧਿਆਨ ਦੇਣਾ ਜਰਾ ਹਮ ਆਦਮੀ ਹੈ ਇੱਕ ਦਮੀ ਕਿਉਂਕਿ ਇਹ ਜਿਹੜਾ ਸਾਡਾ ਸਰੀਰ ਹੈ ਇਹ ਪੰਜ ਮੱਤਾਂ ਦਾ ਕੌਣ ਪਾਣੀ ਅਗਨੀ ਕਾ ਮੇਲ ਚੰਚਲ ਚੱਪਲ ਬੁੱਧ ਕਾ ਖੇਲ ਨੌ ਦਰਵਾਜੇ ਦਸੋਂ ਦਵਾਰ ਬੁੱਧ ਦੇ ਗਿਆਨੀ ਹੋ ਵਿਚਾਰ ਤਖਤਾ ਬਖਤਾ ਸੋਈ ਜੋ ਵਿਚਾਰੇ ਸੋ ਗਿਆਨੀ ਹੋਈ ਸੋ ਇਸੇ ਤਰ੍ਹਾਂ ਹੀ ਸਾਡੇ ਪੂਜਨੀਕ ਪੁਰਸ਼ੋਤਮ ਲਾਲ ਜੀ ਨਾਲ ਨੇ ਉਸ ਸਾਕਸ਼ਾਤ ਚੀਜ਼ ਨੂੰ ਪਛਾਣਿਆ ਔਰ ਪਰਮ ਪਿਤਾ ਪਰਮਾਤਮਾ ਦੇ ਨਾਲ ਸਾਕਸ਼ਾਤ ਹੋ ਕੇ ਸਰੀਰਕ ਤੌਰ ਤੇ ਸਾਡੇ ਵਿੱਚ ਨਹੀਂ ਆ ਲੇਕਿਨ ਆਤਮਕ ਤੌਰ ਤੇ ਸਾਡੇ ਵਿੱਚ ਵਿਰਾਜਮਾਨ ਨੇ ਔਰ ਹਮੇਸ਼ਾ ਉਹਨਾਂ ਦੀ ਦਿਸ਼ਾ ਨਿਰਦੇਸ਼ ਗਾਈਡੈਂਸ ਸਾਨੂੰ ਮਿਲਦੀ ਰਹੇਗੀ ਮੈਂ ਅੱਜ ਆਪਣੇ ਦੋਨਾਂ ਭਰਾਵਾਂ ਨੂੰ ਇਸ ਦੁੱਖ ਦੀ ਘੜੀ ਦੇ ਵਿੱਚ ਕਿਉਂਕਿ ਮਾਂ ਬਾਪ ਹਮੇਸ਼ਾ ਚਾਹੀਦਾ ਸਰੀਰਕ ਤੌਰ ਤੇ ਵੀ ਚਾਹੀਦਾ ਲੇਕਿਨ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੀ ਪਿੱਛੇ ਸਾਨੂੰ ਸਕੇ ਸਬੰਧੀਆਂ ਭੈਣ ਭਰਾਵਾਂ ਨੂੰ ਪਾਣਾ ਮੰਨਣ ਦਾ ਬਖਸ਼ੀ ਦਿਓ ਅਸੀਂ ਉਸ ਬਲਾਉ ਖਾਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰਿੰਦਰ ਚੰਦਾ ਜੀ ਅਤੇ ਉਹਨਾਂ ਦਾ ਸਮੁੱਚਾ ਭਾਈਚਾਰਾ ਉਹ ਵੀ ਇਸ ਦੁੱਖ ਦੀ ਘੜੀ ਦੇ ਵਿੱਚ ਸ਼ਰਮਾ ਜੀ ਦੇ ਪਰਿਵਾਰ ਦੇ ਨਾਲ ਸ਼ਰੀਕ ਹੋਇਆ ਹੈ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਹਰੀਕੇ ਤੋਂ ਸ਼੍ਰੀ ਦੁਰਗਾ ਭਜਨ ਮੰਡੀ ਦੇ ਸਮੁੱਚੇ ਮੈਂਬਰ ਅਸ਼ਵਨੀ ਨਈਅਰ ਜੀ ਦੀ ਪ੍ਰਧਾਨਗੀ ਦੇ ਵਿੱਚ ਉਹ ਵੀ ਪਹੁੰਚੇ ਨੇ ਅਸੀਂ ਉਹਨਾਂ ਦਾ ਵੀ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ ਸ਼੍ਰੀਮਤੀ ਕਿਰਨ ਗੌਰ ਵਾਈਸ ਪ੍ਰਧਾਨ BJP ਜ਼ਿਲ੍ਹਾ ਜ਼ਿਲ੍ਹਾ ਫਿਰੋਜ਼ਪੁਰ ਉਹ ਵੀ ਉਹਨਾਂ ਵੱਲੋਂ ਵੀ ਸ਼ੋਕ ਸੰਦੇਸ਼ ਪਹੁੰਚਿਆ ਅਤੇ ਇੱਕ ਸ਼ੋਕ ਸੰਦੇਸ਼ ਸ਼੍ਰੀ ਕਮਲ ਸ਼ਰਮਾ ਜੀ ਸਾਬਕਾ ਪ੍ਰਧਾਨ ਭਾਰਤੀ ਜਨਤਾ ਪਾਰਟੀ ਪੰਜਾਬ ਉਹਨਾਂ ਵੱਲੋਂ ਪਹੁੰਚਿਆ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਸ਼੍ਰੀ ਮੈਂ ਬੇਨਤੀ ਕਰਾਂਗਾ ਸ਼੍ਰੀ ਰਜਿੰਦਰ ਸ਼ਰਮਾ ਜੀ ਅੱਗੇ ਸਾਡੇ ਸਤਿਕਾਰਯੋਗ
ਸਾਬਕਾ ਮੰਤਰੀ ਪੰਜਾਬ ਪੰਡਿਤ ਬਾਲ ਪੰਥ ਸ਼ਰਮਾ ਜੀ ਦੇ ਸਪੁੱਤਰ ਸ਼੍ਰੀ ਰਜਿੰਦਰ ਸ਼ਰਮਾ ਜੀ ਉਹ ਦੋ ਸ਼ਬਦਾਂ ਦੇ ਵਿੱਚ ਪੰਡਿਤ ਜੀ ਨੂੰ ਸ਼ਰਧਾਂਜਲੀ ਦੇਣਗੇ। ਮੈਂ ਇੱਕ ਬੇਨਤੀ ਕਰਦੇ ਹਾਂ ਸੰਗਤ ਅੱਗੇ, ਸਾਡੇ ਕਾਲਜਾ ਜੀ ਭਾਅ ਜੀ ਵਿਜੇ ਕਾਲਜਾ ਦੇ ਪ੍ਰਧਾਨ ਆਰਟੀ ਐਸੋਸੀਏਸ਼ਨ ਪੰਜਾਬ, ਮੈਂ ਰਜਿੰਦਰ ਸ਼ਰਮਾ ਜੀ ਅੱਗੇ ਬੇਨਤੀ ਕਰਦਾ। ਸ਼ੋਭਨ ਲਾਲ ਸ਼ਰਮਾ ਜੀ ਦੇ ਅੰਤਮ ਕਿਰਿਆ 'ਤੇ ਅਸੀਂ ਸਭ ਇਕੱਠੇ ਹੋਏ, ਭੈਣ ਭਰਾ ਰਿਸ਼ਤੇਦਾਰ ਔਰ ਦੂਰੇ ਨੇੜਿਓਂ ਮੇਰੇ ਤੋਂ ਪਹਿਲਾਂ ਕਾਫੀ ਬੁਲਾਰੇ ਨੇ ਉਹਨਾਂ ਦੀ ਪ੍ਰਸ਼ੰਸਾ ਕੀਤੀ ਹੈ ਔਰ ਵਾਕਿਆ ਉਹ ਪ੍ਰਸ਼ੰਸਾ ਦੇ ਕਾਬਲ ਸੀ। ਜਦੋਂ ਵੀ ਮਿਲਣਾ ਕੁਛ ਤਬੀਲਾ ਮਿਲਣਾ, ਮੈਨੂੰ ਵੀ ਉਹਨਾਂ ਕਾਫੀ ਮਿਲਣ ਦਾ ਮੌਕਾ ਮਿਲਿਆ। ਮੇਰੇ ਬਾਦ ਸਾਹਿਬ ਜੀ ਮੇਰੇ ਸਰ ਸਹੁਰਾ ਸਾਹਿਬ ਜਿਹੜੇ ਸੀਗੇ ਉਹਨਾਂ ਡੈਥ ਹੋਈ ਸੀ ਅਤੇ ਮੇਰੇ ਨਾਲ ਮਰਦਵਰ ਵੀ ਗਏ ਔਰ ਇਸ ਤਰੀਕੇ ਨਾਲ ਵੀ ਉਹਨੂੰ ਗਾਈਡ ਕੀਤਾ ਵੀ ਮਤਲਬ ਬਹੁਤ ਵਧੀਆ ਤਰੀਕੇ ਨਾਲ ਮੈਨੂੰ ਸਮਝਾਇਆ ਔਰ ਉਹ ਮੇਰੇ ਨਾਲ ਸਾਰੇ ਸੰਸਕਾਰ ਸਾਰੇ ਉਹਨਾਂ ਦੇ ਜੋ ਸੀਗੇ ਉਹਨਾਂ ਦੇ ਸੰਸਕਾਰ ਕਰਾਏ ਉਹਨਾਂ ਪੂਰੇ ਪੂਰੇ। ਤੋ ਮੈਂ ਉਹਨਾਂ ਦੀ ਮਿਸ਼ਰੀ ਆਤਮਾ ਨੂੰ ਪਰਮਾਤਮਾ ਆਪਣੇ ਚਰਨਾਂ ਵਿੱਚ ਸਥਾਨ ਦੇਵੇ ਅਤੇ ਭੈਣ ਭਰਾਵਾਂ ਅਤੇ ਆਪਣੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ। ਮੈਂ ਬਹੁਤ ਨਾ ਕਹਿੰਦਾ ਆਇਆ, ਸਿਰਫ ਇੰਨਾ ਹੀ ਕਹੂੰਗਾ ਵੀ ਜਦੋਂ ਅਸੀਂ ਇਹੋ ਜਿਹੇ ਸਮਾਗਮ 'ਤੇ ਇਕੱਠੇ ਹੁੰਦੇ ਹਾਂ ਤਾਂ ਸਾਡਾ ਹਿਰਦਾ ਬਿਲਕੁਲ ਪਵਿੱਤਰ ਅਤੇ ਪਵਿੱਤਰ ਹੋ ਜਾਂਦਾ ਹੈ। ਉਸ ਪਵਿੱਤਰ ਹਿਰਦੇ ਨਾਲ ਅਸੀਂ ਉਹਨਾਂ ਦੀ ਆਤਮਾ ਨੂੰ ਵਾਸਤੇ ਦੁਆ ਕਰੀਏ ਵੀ ਉਹਨਾਂ ਨੂੰ ਪਰਮਾਤਮਾ ਚੰਗੇ ਸਥਾਨ 'ਤੇ ਪਹੁੰਚਾਉਣ ਅਤੇ ਆਉਣ ਵਾਲੀ ਪੀੜ੍ਹੀਆਂ ਨੂੰ ਵੀ ਮਤਲਬ ਹੋਵੇ ਥੋੜ੍ਹਾ ਜਿਹਾ। ਸੋ ਬਹੁਤਾ ਨਾ ਕਹਿੰਦੇ ਅੱਗੇ ਆਉਂਦਾ ਹੈ ਮਹਾਰਾਜ ਜੀ ਕਿ ਪੰਡਿਤ ਜੀ ਨੇ ਬਹੁਤ ਸਾਰਾ ਸਮਾਂ ਬਹੁਤ ਦੇਰ ਜਿੰਨੀ ਦੇਰ ਵੀ ਵਿਜੇ ਡਰਾਮਾਟਿਕ ਕਲੱਬ ਨੇ ਮੱਬੂ ਕੰਮ ਕੀਤਾ, ਸਾਡੇ ਸਤਿਕਾਰਯੋਗ ਵੱਡੇ ਭਾਈ ਸਾਹਿਬ ਇਹਨਾਂ ਦੀ ਸਰਪ੍ਰਸਤੀ ਦੇ ਹੇਠ ਡਾਕਟਰ ਸ਼ਰਮਾ ਜੀ ਨੇ ਸਾਰੀ ਉਮਰ ਹੀ ਰਾਵਣ ਲਾ ਅਤੇ ਪਰਸ਼ੂਰਾਮ ਦਾ ਰੋਲ ਕੀਤਾ ਔਰ ਮੇਰੀ ਖੁਸ਼ ਨਸੀਬੀ ਬਹੁਤ ਤਕੜੀ ਹੈ। ਮੈਂ ਸ਼ਾਇਦ ਸਾਰੀ ਸੰਗਤ ਤੋਂ ਹੀ ਜ਼ਿਆਦਾ ਖੁਸ਼ ਨਸੀਬ ਹਾਂ ਕਿ ਮੈਂ ਡਾਕਟਰ ਸਾਹਿਬ ਦੇ ਹੱਥੋਂ ਗੁੱਟ ਵੀ ਖਾਧੀ ਹੋਈ ਹੈ ਅਤੇ ਝਿੜਕਾਂ ਵੀ ਖਾਧੀਆਂ ਹੋਈਆਂ। ਮੈਂ ਉਦੋਂ ਰਾਮ ਦਾ ਰੋਲ ਕਰਦਾ ਸੀ ਅਤੇ ਡਾਕਟਰ ਸਾਹਿਬ ਰਾਵਣ ਦਾ ਰੋਲ ਕਰਦੇ ਹੁੰਦੇ ਸੀ ਔਰ ਜਾਗਰਣ ਦੇ ਉੱਤੇ ਅਕਸਰ ਹੀ ਅਸੀਂ ਸ਼ੁਰੂ ਤੋਂ ਮਜ਼ਾਕੀਆ ਜਾਂ ਸ਼ਰਾਰਤੀ ਸੀ, ਡਾਕਟਰ ਸਾਹਿਬ ਸਾਨੂੰ ਸ਼ਰਾਰਤ ਨਹੀਂ ਸੀ ਕਰਨ ਦਿੰਦੇ। ਤੋ ਅੱਜ ਉਹਨਾਂ ਦੀ ਗੁੱਟ ਵੀ ਯਾਦ ਆਉਂਦੀ ਹੈ ਅਤੇ ਅਸੀਂ ਪਰਮਾਤਮਾ ਅੱਗੇ ਮਹਾਰਾਣੀ ਅੱਗੇ ਅਰਦਾਸ ਕਰਾਂਗੇ ਸਾਰੀ ਸੰਗਤ, ਜਿਵੇਂ ਮਹਾਰਾਜ ਸਾਡੇ ਸਤਿਕਾਰਯੋਗ ਸ਼ਾਸਤਰੀ ਸਵਾਮੀ ਯੋਗਿੰਦਰਾਨਾਥ ਜੀ ਹਰਿਦੁਆਰ ਵਾਲੇ ਉਹਨਾਂ ਨੇ ਆਖਿਆ ਸੀ ਕਿ ਸੱਚੀ ਸਰਧਾਂਜਲੀ ਇਹ ਹੀ ਹੈ ਕਿ ਤੁਸੀਂ ਨਮਨ ਹੋ ਕੇ ਅੱਖਾਂ ਮੀਟ ਕੇ ਉਹਨਾਂ ਦੀ ਆਰਾਧਨਾ ਕਰੋ, ਉਹਨਾਂ ਦੀ ਸ਼ਾਂਤੀ ਵਾਸਤੇ ਅਸੀਂ ਸਾਰਿਆਂ ਨੇ ਕੀਤੀ ਹੈ। ਅਤੇ ਸੋ ਸਾਡੇ ਸਤਿਕਾਰਯੋਗ ਪੰਡਿਤ ਸੀਆ ਰਾਮ ਜੀ ਅਰਦਾਸ ਕਰਨਗੇ ਅਤੇ ਕਥਾ ਸੰਪੂਰਨ ਕਰਕੇ ਆਰਤੀ ਕਰਨਗੇ। ਉਸ ਤੋਂ ਪਹਿਲਾਂ ਸਾਡੇ ਸਤਿਕਾਰਯੋਗ ਪ੍ਰਧਾਨ ਜੀ ਜਿਹੜੇ ਸਾਡੇ ਇਸ ਸਮਾਗਮ ਦੇ ਇਸ ਮੰਚ ਦੇ ਅਖੀਰਲੇ ਬੁਲਾਰੇ ਨੇ ਔਰ ਆਈ ਹੋਈ ਸਾਰੀ ਸੰਗਤ ਦਾ ਧੰਨਵਾਦ ਕਰਨਗੇ ਮੱਖੂ ਵੱਲੋਂ ਅਤੇ ਪਰਿਵਾਰ ਵੱਲੋਂ। ਉਪਸਥਿਤ ਬਹੁਤ ਹੀ ਸਤਿਕਾਰਯੋਗ ਦੂਰ ਦੁਰਾਡੇ ਤੋਂ ਆਏ ਹੋਏ ਸਾਡੇ ਮਹਾਂਪੁਰਸ਼ ਸ਼੍ਰੀ ਗਰਭ ਪ੍ਰਾਣ ਜੀ ਦੀ ਪਵਿੱਤਰ ਗੋਦ ਵਿੱਚ ਬੈਠੇ ਹੋਏ ਸਾਕ ਸੰਬੰਧੀ ਰਿਸ਼ਤੇਦਾਰ ਭੈਣਾਂ ਅਤੇ ਭਰਾਓ, ਮੇਰੇ ਤੋਂ ਪਹਿਲਾਂ ਰਾਏ ਸਾਹਿਬ ਨੇ
ਰਜਿੰਦਰ ਸ਼ਰਮਾ ਜੀ ਅਤੇ ਹੋਰ ਵੀ ਬੁਲਾਰਿਆਂ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਬਹੁਤ ਹੀ ਵਿਦਵਾਨ ਪੰਡਿਤ ਸ਼੍ਰੀ ਪੁਰਸ਼ੋਤਮ ਲਾਲ ਜੀ ਜਿਹੜੇ ਕਿ ਸਾਡੇ ਵਿੱਚ ਨਹੀਂ ਰਹੇ, ਉਹਨਾਂ ਦੇ ਸੰਬੰਧ ਵਿੱਚ ਬਹੁਤ ਕੁਛ ਕਿਹਾ ਗਿਆ, ਕਿਉਂਕਿ ਮੈਂ ਬਹੁਤ ਹੀ ਨਜ਼ਦੀਕੀ ਪਿਤਾ ਸਮਾਨੀ ਉਹਨਾਂ ਨੂੰ ਹਮੇਸ਼ਾ ਪਿਆਰ ਦਿੱਤਾ ਅਤੇ ਉਹਨਾਂ ਦੇ ਪਿਤਾ ਆਦਰਨੀਏ ਪੰਡਿਤ ਮੋਹਨ ਲਾਲ ਜੀ ਬਹੁਤ ਹੀ ਸ਼ਹਿਰ ਦੇ ਵਿੱਚ ਉਹਨਾਂ ਦੀ ਮਾਨਤਾ ਕਹਿ ਲਓ, ਸਤਿਕਾਰ ਕਹਿ ਲਓ, ਕਿਉਂਕਿ ਬਹੁਤ ਹੀ ਵਿਦਵਾਨ ਸਨ ਅਤੇ ਸਾਨੂੰ ਹਮੇਸ਼ਾ ਸ਼ਹਿਰ ਨੂੰ ਇਲਾਕੇ ਨੂੰ ਸੇਧ ਦਿੰਦੇ ਰਹੇ ਹੈ, ਜਿਹੜੇ ਕਿ ਚਾਣਕੀ ਮੈਂ ਸਮਝਦਾ ਕਿ ਅਜੇ ਉਹਨਾਂ ਦਾ ਜਾਣ ਦਾ ਸਮਾਂ ਨਹੀਂ ਸੀ, ਉਸ ਦੁਨੀਆ ਤੋਂ ਚਲੇ ਗਏ, ਪਰ ਜਿਸ ਤਰ੍ਹਾਂ ਰਾਜ ਸਾਹਿਬ ਨੇ ਵੀ ਕਿਹਾ, ਵੇਦਾਂ ਸ਼ਾਸਤਰਾਂ 'ਚ ਵੀ ਲਿਖਿਆ ਕਿ ਜਾਣ ਦਾ ਕੋਈ ਸਮਾਂ ਨਹੀਂ, ਇਹ ਚੀਜ਼ ਪਰਮਪਿਤਾ ਪਰਮਾਤਮਾ ਨੇ ਆਪਣੇ ਹੱਥ ਵਿੱਚ ਰੱਖੀ ਹੈ, ਜਿਸ ਹਿਸਾਬ ਸੇ ਨਾਮ ਵਿਚਾਰਾ ਸੋ ਕੋ ਕੀਜੀਏ ਸਦਨ ਵਿਸ਼ਕਾਰਾ, ਅਤੇ ਮੈਂ ਸਮਝਦਾ ਕਿ ਅੱਜ ਉਹਨਾਂ ਦੇ ਜਾਣ ਦੇ ਨਾਲ ਜਿੱਥੇ ਸਾਡੇ ਇਸ ਕਸਬੇ ਨੂੰ ਘਾਟਾ ਪਿਆ, ਕਿਉਂਕਿ ਬਹੁਤ ਦਿਸ਼ਾ ਨਿਰਦੇਸ਼ ਦੇਣ ਵਾਲੇ ਜਿਸ ਤਰ੍ਹਾਂ ਅਸ਼ੋਕ ਜੀ ਨੇ ਹੁਣੇ ਦੱਸਿਆ ਕਿ ਰਾਮਲੀਲਾ ਜਦੋਂ ਵੀ ਜਿਨ੍ਹਾਂ ਚਿਰ ਆਪ ਤੋਂ ਪਹਿਲਾਂ ਸਾਡੇ ਸ਼ਹਿਰ ਵਿੱਚ ਹੁੰਦੀ ਰਹੀ, ਮੈਂ ਸਮਝਦਾ ਕਿ ਸਾਡੇ ਸਤਿਕਾਰਯੋਗ ਪੰਡਿਤ ਜੀ ਸ਼੍ਰੀ ਪੁਰਸ਼ੋਤਮ ਲਾਲ ਜੀ ਦੀ ਰਹਿਨੁਮਾਈ ਦੇ ਵਿੱਚ ਹੀ ਅਸੀਂ ਕਰਾਉਂਦੇ ਰਹੇ। ਜਦੋਂ ਉਹਨਾਂ ਨੇ ਇਹ ਛੱਡ ਦਿੱਤੀ ਅੱਤਵਾਦ ਆਇਆ, ਹਾਲਾਤ ਮਾੜੇ ਹੋਏ, ਉਸ ਤੋਂ ਬਾਅਦ ਕਦੇ ਰਾਮਲੀਲਾ ਨਹੀਂ ਹੋਈ। ਅੱਜ ਵੀ ਮੈਨੂੰ ਕੋਈ ਸਾਥੀ ਬਾਹਰ ਕਹਿ ਰਿਹਾ ਸੀ, ਮੈਂ ਕਾਫੀ ਦੇਰ ਦਾ ਬੈਠਾ, ਪੰਡਿਤ ਜੀ ਮੇਰੇ ਕੋਲ ਬੈਠ ਕੇ, ਰਜਿੰਦਰ ਸ਼ਰਮਾ ਜੀ ਕਹਿੰਦੇ ਦੁਸਹਿਰਾ ਨਹੀਂ ਮਨਾਇਆ ਗਿਆ ਰਾਮਲੀਲਾ ਸ਼ਬਦ ਦੀ, ਅਤੇ ਮੈਂ ਸਮਝਦਾ ਕਿ ਇਹੋ ਜਿਹੇ ਸ਼ਖਸੀਅਤਾਂ ਦੇ ਜਾਣ ਦੇ ਨਾਲ ਬਹੁਤ ਵੱਡਾ ਘਾਟਾ ਪੈਂਦਾ ਇਲਾਕੇ ਨੂੰ, ਅਤੇ ਅੱਜ ਉਹਨਾਂ ਦੇ ਜਾਣ ਦੇ ਨਾਲ ਜਿੱਥੇ ਸਾਡੇ ਸਤਿਕਾਰਯੋਗ ਝਾਈ ਜੀ ਨੂੰ, ਉੱਥੇ ਸਾਡੇ ਦੋਨਾਂ ਵੀਰਾਂ ਨੂੰ, ਦੇਵ ਜੀ ਨੂੰ, ਗੋਲਟੀ ਜੀ ਨੂੰ, ਜਿਹਨਾਂ ਨੂੰ ਬੜੇ ਅੱਛੇ ਸੰਸਕਾਰ ਮਾਤਾ ਪਿਤਾ ਦੇ ਮਿਲੇ ਹੈ, ਬੜੀ ਤਰੱਕੀ ਕੀਤੀ ਹੈ, ਚਾਹੇ ਸਿਆਸੀ ਤੌਰ 'ਤੇ ਜਾਂ ਧਾਰਮਿਕ ਪੱਖੋਂ, ਇਹ ਹਰ ਗੱਲ ਦੇ ਵਿੱਚ ਮੋਹਰੀ ਹੈ ਦੋਨੋਂ ਪਰਿਵਾਰ। ਛੋਟਾ ਗੋਲਡੀ ਜੋ ਕਿ ਮੈਂ ਸਮਝ ਉਹ ਵੀ ਸਮਾਜ ਦੀ ਸੇਵਾ ਕਰ ਰਿਹਾ ਹੈ, ਡਾਕਟਰ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਪੜ੍ਹਾ ਹੀ, ਮੈਂ ਸਮਝਦਾ ਕਿ ਪੇਸ਼ੈਂਟ ਆਉਂਦੇ ਆ ਬੜੇ ਸੰਤੁਸ਼ਟੀ ਨਾਲ ਕਰਦੇ ਆ, ਬਹੁਤ ਘੱਟ ਪੈਸੇ ਲੈ ਕੇ, ਕਿਉਂਕਿ ਇਹਨਾਂ ਨੂੰ ਆਪਣੇ ਪਿਤਾ ਵੱਲੋਂ ਜੋ ਸੰਸਕਾਰ ਮਿਲੇ ਆ ਉਹਦੇ 'ਤੇ ਚੱਲਦਿਆਂ ਹੋਇਆਂ ਬਹੁਤ ਸੇਵਾ ਕਰ ਰਹੇ ਆ। ਪਰ ਮੈਂ ਸਮਝਦਾ ਕਿ ਜਿਹੜਾ ਸਮਾਂ ਹੈ ਉਹ ਡੱਲ ਹੈ, ਲੇਕਿਨ ਮਾਤਾ ਪਿਤਾ ਦੇ ਜਾਣ ਦਾ ਹਮੇਸ਼ਾ ਹੀ ਸੁਖਦਾਈ ਹੈ, ਜਿੱਥੇ ਅੱਜ ਉਹਨਾਂ ਦੇ ਪਿਤਾ ਦੇ ਜਾਣ ਨਾਲ ਇਸ ਪਰਿਵਾਰ ਨੂੰ ਘਾਟਾ ਪਿਆ, ਉੱਥੇ ਸਾਰੇ ਸ਼ਹਿਰ ਨੂੰ ਬਹੁਤ ਵੱਡਾ ਘਾਟਾ ਪਿਆ। ਮੈਨੂੰ ਹੁਕਮ ਹੋਇਆ ਸੀ ਕਿ ਜਿੰਨੇ ਤੁਸੀਂ ਸਾਖ ਸੰਬੰਧੀ ਰਿਸ਼ਤੇਦਾਰ, ਸ਼ਹਿਰ ਵਾਸੀ, ਇਲਾਕਾ ਵਾਸੀਆਂ ਅਤੇ ਵੱਖ ਵੱਖ ਸਿਆਸੀ ਪਾਰਟੀ ਦੇ ਆਗੂ ਸਾਹਿਬਾਨ ਆਏ ਆ, ਮੈਂ ਉਹਨਾਂ ਦਾ ਧੰਨਵਾਦ ਕਰਾਂ, ਕਿਉਂਕਿ ਸਿਆਣੇ ਕਹਿੰਦੇ ਆ ਕਿ ਦੁੱਖ ਵਿੱਚ ਸ਼ਾਮਿਲ ਹੋਇਆ ਦੁੱਖ ਘਟਦਾ, ਤੁਸੀਂ ਸਾਡੇ ਇਸ ਪਰਿਵਾਰ ਦੇ ਨਾਲ ਦੁੱਖ ਘਟਾਉਣ ਵਾਸਤੇ ਜਿੰਨੇ ਕਦਮ ਚੱਲ ਕੇ ਆਏ ਹੋ, ਸਿਰ ਮੱਥੇ ਮੈਂ ਫਿਰ ਆਪਣੇ ਵੱਲੋਂ, ਆਪਣੇ ਸ਼ਹਿਰ ਵੱਲੋਂ ਜਿੰਨੀਆਂ ਸ਼ਖਸੀਅਤਾਂ ਇਸ ਦੁੱਖ ਦੀ ਘੜੀ ਵਿੱਚ ਸ਼ਾਮਿਲ ਹੋਈਆਂ ਉਹਨਾਂ ਨੂੰ ਜੀ ਆਇਆਂ ਕਹਿੰਦਾ ਹੋਇਆ, ਖਾਸ ਕਰਕੇ ਜਿਹੜੇ ਸਾਡੇ ਸਟੇਜ ਤੋਂ ਮਹਾਂਪੁਰਸ਼ ਉਪਸਥਿਤ ਨੇ, ਜਿਹੜੇ ਸਾਨੂੰ ਦਿਸ਼ਾ ਨਿਰਦੇਸ਼ ਦਿੰਦੇ ਆ, ਸਾਡੇ ਧਰਮ ਬਾਰੇ ਬਹੁਤ ਸਿੱਖਿਆ ਦਿੰਦੇ ਆ, ਮੈਂ ਉਹਨਾਂ ਦੇ ਅੱਗੇ ਵੀ ਸਿਰ ਚੁਕਾਉਂਦਾ ਹੋਇਆ ਉਹਨਾਂ ਨੂੰ ਜੀ ਆਇਆਂ ਕਹਿੰਦਾ, ਅਤੇ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਪਰਮਾਤਮਾ ਸਾਡੇ ਪਿਤਾ ਸਮਾਨ ਪੰਡਿਤ ਪੁਰਸ਼ੋਤਮ ਲਾਲ ਜੀ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ, ਪਰਿਵਾਰ ਨੂੰ, ਤੁਹਾਨੂੰ, ਸਾਨੂੰ ਸਾਰਿਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ, ਇਹਨਾਂ ਕੁਛ ਕਹਿੰਦਾ ਰੱਖਿਆ ਦਾ ਜਸ਼ਕ ਹੈ। ਜੈ ਸ਼੍ਰੀ ਰਾਮ। ਵਿੱਚ ਸ਼੍ਰੀ ਹੋਏ ਸ਼੍ਰੀ ਵਿਜੇ ਕੁਮਾਰ ਜੀ ਸ਼ਰਮਾ ਸਾਹਿਬ ਪੰਚਕੂਲਾ ਵਾਲੇ, ਉਹਨਾਂ ਦਾ ਵੀ ਧੰਨਵਾਦ। ਪਵਨ ਕੁਮਾਰ ਜੀ ਐਡਵੋਕੇਟ ਮੁਕਤਸਰ ਤੋਂ ਪਹੁੰਚੇ ਨੇ, ਉਹਨਾਂ ਦਾ ਵੀ ਬਹੁਤ ਸਾਰਾ ਪਰਿਵਾਰ ਵਾਲਾ ਧੰਨਵਾਦ। ਸੰਜੀਵ ਕੁਮਾਰ ਜੀ ਸ਼ਰਮਾ ਮੋਗਾ ਤੋਂ ਉਹ ਪਹੁੰਚੇ ਨੇ, ਉਹਨਾਂ ਦਾ ਵੀ ਧੰਨਵਾਦ।
ਬਾਅਦ ਇੱਕ ਬੇਨਤੀ ਹੋਰ ਕਰਦੇ ਹਾਂ, ਉਸ ਤੋਂ ਬਾਅਦ ਸਾਡੇ ਸਤਿਕਾਰਯੋਗ ਪੰਡਿਤ ਜੀ ਪੰਡਿਤ ਸੀਆ ਰਾਮ ਜੀ ਆਪਣਾ ਜਿਹੜਾ ਪ੍ਰੋਗਰਾਮ ਜਾਰੀ ਰੱਖਣਗੇ। ਸਧਾਰਤ ਗੀਤਾ ਸ਼੍ਰੀਮਦ ਸਧਾਰਤ ਗੀਤਾ ਦਾ ਜਿਹੜਾ ਨਿਚੋੜ ਹੈ, ਮੈਂ ਤੁਹਾਨੂੰ ਪਹਿਲਾਂ ਆਖਿਆ ਸੀ ਗੀਤਾ ਬਾਰੇ ਬਹੁਤਾ ਗਿਆਨ ਨਹੀਂ ਮੈਨੂੰ, ਦੇਖ ਕੇ ਯਥਾਰਥ ਗੀਤਾ ਦਾ ਜਿਹੜਾ ਨਿਚੋੜ ਹੈ, ਜਿਹੜਾ ਸਾਰ ਹੈ, ਉਹਦੀ ਕੁਰੇਕਸ਼ਨ ਕਰਕੇ ਦੇਵ ਸ਼ਰਮਾ ਜੀ ਨੇ ਜਿਹੜੀ ਕਿਤਾਬ ਛਪਵਾਈ ਹੈ, ਉਹ ਲਗਭਗ ਸਾਡੇ ਕੋਲ ਕਾਫੀ ਸਾਰੀਆਂ ਕਿਤਾਬਾਂ ਪਈਆਂ। ਕਿਰਪਾ ਕਰਕੇ ਸਮਾਗਮ ਦੀ ਸਮਾਪਤੀ ਤੋਂ ਬਾਅਦ ਉਹੋ ਹੀ ਸੱਜਣ, ਉਹੋ ਹੀ ਵੀਰ, ਉਹੋ ਹੀ ਭੈਣ ਕਿਤਾਬ ਮੰਗੇ, ਜਿੰਨੇ ਕਿਤਾਬ ਨੂੰ ਆਪਣੇ ਜਾ ਕੇ ਪੜ੍ਹਨਾ ਅਤੇ ਮੰਦਰ ਦੇ ਵਿੱਚ ਰੱਖਣਾ ਹੈ, ਹੋਰ ਇਹਨੂੰ ਜਾ ਕੇ ਐਵੇਂ ਨਾ ਮਤਲਬ ਵਿਅਰਥ ਨਾ ਗਵਾਇਆ ਜਾਵੇ, ਇਹੋ ਜਿਹਾ ਕੋਈ ਵੀ ਸੱਜਣ ਕਿਤਾਬ ਨਾ ਲੈ ਕੇ ਜਾਵੇ ਜਿਹਨੂੰ ਇਹਦੀ ਲੋੜ ਨਹੀਂ ਹੈ, ਜਿਹਨੂੰ ਲੋੜ ਹੈ, ਜਿਹਨੂੰ ਜ਼ਰੂਰਤ ਹੈ, ਜਿਹੜਾ ਸਮਝਦਾ ਕਿ ਮੈਂ ਪੜ੍ਹ ਸਕਦਾ ਉਹ ਜ਼ਰੂਰ ਲੈ ਕੇ ਜਾਏ। ਮੈਂ ਬੇਨਤੀ ਕਰਾਂਗਾ ਪੰਡਿਤ ਜੀ ਅੱਗੇ ਕਿ ਆਪਣਾ ਜਿਹੜਾ ਹੈ ਸਮਾਗਮ ਜਾਏਗਾ। ਅਤੇ ਸਾਰੇ ਆਈਆਂ ਹੋਈਆਂ ਮਖਦੂ ਨਿਵਾਸੀਆਂ ਨੇ ਜਾਂ ਬਾਹਰੋਂ ਆਈਆਂ ਸੰਗਤਾਂ ਨੇ ਜਿਨ੍ਹਾਂ ਨੇ ਵੀ ਪ੍ਰਸ਼ਾਦਾ ਭੋਜਨ ਨਹੀਂ ਛਕਿਆ, ਕਿਰਪਾ ਕਰਕੇ ਸਭ ਪ੍ਰਸ਼ਾਦਾ ਛਕ ਕੇ ਜਾਣ, ਇਹ ਪਰਿਵਾਰ ਵੱਲੋਂ ਹੱਥ ਜੋੜ ਕੇ ਬੇਨਤੀ ਹੈ, ਬੜੀ ਮਿਹਰਬਾਨੀ, ਪ੍ਰਸ਼ਾਦਾ ਜ਼ਰੂਰ ਛਕ ਕੇ ਜਾਣ। ਸ਼ਰਮਾ ਜੀ ਮਹਾਰਾਜ ਕਿਆ ਲੈ ਔਰ ਹੱਥ ਖੋਲ ਕੇ ਚਲਾ ਜਾਂਦਾ, ਭਾਈ ਯਹੀ ਜੋੜਾ, ਯਹੀ ਉਪਾਜਨ ਕੀਆ, ਯਹੀ ਸੁਖ ਹੋਗਾ, ਯਹੀ ਦੁੱਖ ਹੋਗਾ, ਔਰ ਅਬ ਮੈਂ ਸਭ ਕੁਝ ਤਿਆਗ ਕਰਕੇ ਜਾ ਰਹਾ। ਕੋਈ ਮਾਇਆ ਗਈ ਸਾਥ ਮੈਂ, ਮਕਾਨ ਗਿਆ ਸਾਥ ਮੈਂ, ਪੁੱਤਰ ਗਿਆ, ਪਰਿਵਾਰ ਗਿਆ, ਕੋਈ ਮਿੱਤਰ ਗਿਆ, ਕੁਛ ਨਹੀਂ ਗਿਆ। ਇਸ ਲਈ ਭਗਵਾਨ ਕਹਿੰਦੇ ਹੈ ਕਿ ਹੇ ਗਰੁੜ, ਜੋ ਜੈਸਾ ਕਰਮ ਕਰਤਾ ਹੈ ਆਪਾਤਮਾ
ਸੀ ਜਾਇਓ ਬਸ ਬਿਆਨ ਦਰਜ ਕਰਾਇਆ ਜਾ ਖੜ ਜਾਓ ਭਾਅ ਜੀ, ਖੜ ਜਾਓ, ਖੜ ਜਾਓ, ਕੋਈ ਨਹੀਂ ਕਾਰ ਦੋਸਤ ਦੋਸਤ ਨਾਮ ਕਾ ਤੇਰੇ